ਹਾਜ਼ਰ ਚੰਚਦਾ ਵਿਚਾਰ ਸਤਿ ਸ਼੍ਰੀ ਅਕਾਲ ਜੀ ਪ੍ਰਾਈਮੇਸ਼ਾ ਟੀਵੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਹਰ ਰੋਜ਼ ਦੀ ਤਰ੍ਹਾਂ ਹਾਸੇ ਨਾਲ ਪ੍ਰੋਗਰਾਮ ਚਾਹ ਦਾ ਵਿਚਾਰ ਲੈ ਕੇ ਮੈਂ ਹਰਮਨ ਥਿੰਦ ਤੇ ਮੇਰੇ ਨਾਲ ਨੇ ਸਵਰਨ ਸਿੰਘ ਟਾਣਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਟਾਣਾ ਸਾਹਿਬ ਕੀ ਹਾਲ ਚਾਲ ਨੇ ਬਹੁਤ ਵਧੀਆ ਚੜਦੀ ਕਲਾ ਟਾਣਾ ਟੰਡ ਟਾਣਾ ਸਾਹਿਬ ਤੁਸੀਂ ਅੱਜ ਜਲ ਜੀਵ ਨਾਲ ਲੈ ਕੇ ਆਏ ਹੋ ਕਿਹੜਾ ਕਿੱਥੇ ਕੱਚੂਕੂਮਾ ਕਿੱਥੇ ਡੱਡੂ ਕਿੱਥੇ ਮੱਛੀ ਔਰੀ ਮੱਛੀ ਕਿੱਥੇ ਮੱਛੀ ਔਰੀ ਇਹ ਮੱਛੀ ਆ ਇਹ ਸ਼ਾਰਕ ਆ ਸ਼ਾਰਕਾ ਟੈਣਾ ਸਾਹਿਬ ਇੰਨਾ ਮੱਛੀ ਦੀ ਵੱਡੀ ਭੈਣ ਹਾਂ ਇੰਨਾ ਖਤਰਨਾਕ ਜਲ ਜੀਵ ਲਈ ਫਿਰਦੇ ਹੋ ਮੈਂ ਖਿਆਲ ਹੀ ਨਹੀਂ ਕੀਤਾ ਹਾਂ ਮੈਂ ਕਿਹਾ ਪੱਬੂ ਤਾਰਾ ਜਾ ਵਾਇਆ ਇਹ ਅੱਛਾ ਜੀ ਮੈਂ ਨਹੀਂ ਖਿਆਲ ਕੀਤਾ ਸ਼ਾਰਕ ਹੈ ਦੇਖਿਆ ਮੈਂ ਤਾਂ ਤੁਹਾਡੀ ਜ਼ਿੰਦਗੀ ਬਚਾ ਲਈ ਵਾਹ ਮੈਂ ਨਾ ਦੱਸਦੀ ਕੱਲ ਨੂੰ ਤੁਸੀਂ ਇਹਨੂੰ ਬਾਲਟੀ 'ਚ ਡਬੋ ਦੇਣਾ ਸੀ ਸ਼ਾਰਕ ਵੱਡੀ ਹੋ ਜਾਣੀ ਸੀ ਫਿਰ ਜਿੱਦਾਂ ਜਿੱਦਾਂ ਤੁਸੀਂ ਹੋਰ ਪਾਣੀ ਦੇ ਨੇੜੇ ਨੂੰ ਲੈ ਕੇ ਜਾਣਾ ਸੀ ਨੇ ਹੋਰ ਵੱਡੀ ਹੋ ਜਾਣਾ ਸੀ ਖਤਰਾ ਸੀ ਖਤਰਾ ਜਦੋਂ ਪੂਰੀ ਚੰਗੀ ਤਰ੍ਹਾਂ ਵੱਡੀ ਹੋ ਜਾਂਦੀ ਮੈਂ ਫਿਰ ਤੁਹਾਨੂੰ ਬੇਨਤੀ ਕਰਨੀ ਸੀ ਵੀ ਅੱਜ ਤੁਸੀਂ ਧੋਕੇ ਲਿਆਇਓ ਕਿਆ ਹਾਂ ਮੈਂ ਤੁਹਾਡੀ ਜ਼ਿੰਦਗੀ ਬਚਾਉਣ ਦੀਆਂ ਗੱਲਾਂ ਤੇ ਤੁਸੀਂ ਮੈਨੂੰ ਸ਼ਾਰਕ ਨੂੰ ਖਵਾਉਣ ਦੀਆਂ ਗੱਲਾਂ ਮੈਂ ਖਵਾਉਣ ਦੀ ਗੱਲ ਆਖੀ ਆ ਤੇ ਸ਼ਾਰਕ ਨੇ ਉੱਥੇ ਕਿਹੜਾ ਮੈਨੂੰ ਕਹਿਣਾ ਸੀ ਵੀ ਆ ਜਾ ਗੁਗੂ ਤੁਸੀਂ ਰੋਣ ਵਿੱਚੋਂ ਨਹੀਂ ਕੀ ਪਤਾ ਸ਼ਾਰਕ ਵੀ ਵੈਜੀਟੇਰੀਅਨ ਹੋਵੇ ਕੀ ਪਤਾ ਉਹ ਵੀ ਗੋਭੀ ਖਾਂਦੀ ਹੋਵੇ ਤੁਹਾਡੇ ਨੂੰ ਕਾਫੀ ਜਾਣਕਾਰੀ ਹੈ ਹਾਂਜੀ ਸ਼ੁਰੂਆਤ ਕਿਨੇ ਕੀਤੀ ਸੀ ਨਾ ਚੀਜ਼ ਨੇ ਹੋਰ ਸੁਣਾ ਮੌਸਮ ਕਿਵੇਂ ਹੈ ਮੌਸਮ ਵੀ ਗਰਮ ਹੈ ਜੀ ਤੇ ਲਗਾਤਾਰ ਗਰਮੀ ਵਧੀ ਜਾਂਦੀ ਹੈ ਹਰ ਰੋਜ਼ ਉਹੀ ਗੱਲ ਕਹਿਣੀ ਪੈਂਦੀ ਹੈ ਵੀ 30 ਤੋਂ ਲੈ ਕੇ 31 ਡਿਗਰੀ ਤੱਕ ਅੱਜ ਦਾ ਤਾਪਮਾਨ ਹੈ ਬਸ ਹੂੰ ਇੰਨੀ ਕੀ ਜਾਣਕਾਰੀ ਦੇਣੀ ਸੀ ਬਹੁਤ ਐਨੀ ਕਿਉਂਕਿ ਜੇ ਆਪਾਂ ਕਹਾਂਗੇ ਵੀ ਲਗਾਤਾਰ ਤਾ ਦੇ ਵਿੱਚ ਗਰਮੀ ਆ ਲਗਾਤਾਰ ਗਰਮੀ ਵਧੀ ਹੀ ਜਾਣੀ ਹੈ ਸਭ ਨੂੰ ਪਤਾ ਹੀ ਹੈ ਭਾਈ ਵਧੀ ਹੀ ਜਾਣੀ ਹੈ ਬਿਲਕੁਲ ਸਹੀ ਗੱਲ ਹੈ ਪਤਾ ਤਾਂ ਸਭ ਨੂੰ ਸਾਰਾ ਕੁਝ ਹੈ ਫਿਰ ਆਪਾਂ ਚਲਦੇ ਟਾਈਮ ਨਾ ਕਰੇ ਅੱਛਾ ਅੱਜ ਤੁਸੀਂ ਕੀ ਖਾਧਾ ਅੱਜ ਮੈਂ ਕੁਛ ਨਹੀਂ ਖਾਧਾ ਦਾਲ ਤਾਂ ਨਹੀਂ ਖਾਧੀ ਕਿਤੇ ਨਹੀਂ ਨਹੀਂ ਮੈਂ ਅੱਜ ਕੁਛ ਵੀ ਨਹੀਂ ਖਾਧਾ ਇੱਕ ਸੇਬ ਖਾਧਾ ਸੇਬ ਹਾਂ हां ਉਸ ਸਿਆਣੇ ਕਹਿੰਦੇ ਨਾ ਅੰਗਰੇਜ਼ੀ ਦੇ ਵਿੱਚ ਐਨ ਐਪਲ ਅ ਡੇ ਕੀਪਸ ਅ ਡਾਕਟਰ ਅਵੇ ਅੱਛਾ ਕਿ ਇੱਕ ਸੇਵ ਜੇ ਇੱਕ ਦਿਨ ਦਾ ਖਾਣੇ ਹੋ ਤਾਂ ਫਿਰ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਪੈਂਦੀ ਵਾਹ ਜੀ ਜਿਹਦੇ ਨਾਲ ਬੈਨੇ ਹਨ ਨਾ ਫਿਰ ਉਹਨੂੰ ਜਾਣ ਦੀ ਲੋੜ ਪੈਂਦੀ ਆ ਕਿਉਂਕਿ ਉਹਦਾ ਸਿਰ ਦੁਖਣ ਲੱਗ ਜਾਂਦਾ ਚਲੋ ਫਿਰ ਚਾਹ ਦਾ ਵਿਚਾਰ ਪੇਸ਼ ਕਰ ਚਾਹ ਦਾ ਵਿਚਾਰ ਹਰਮਨ ਜੀ ਬਹੁਤ ਵਧੀਆ ਛੋਟਾ ਜਾ ਛੋਟੇ ਜੇ ਕਦ ਦਾ 4 ਕਿ 17 ਦਾ ਕਿ ਸ਼ੂਗਰ ਦਾ ਡਰ ਲੋਕਾਂ ਦੇ ਅੰਦਰ ਇਸ ਕਦਰ ਤੱਕ ਵੱਧ ਗਿਆ ਹੂੰ ਸ਼ੂਗਰ ਦਾ ਡਰ ਲੋਕਾਂ ਦੇ ਅੰਦਰ ਇਸ ਕਦਰ ਵੱਧ ਗਿਆ ਕਿ ਲੋਕ ਮਿੱਠਾ ਖਾਣੋਂ ਹੀ ਨੀ ਪਰਹੇਜ਼ ਕਰਦੇ ਮਿੱਠਾ ਬੋਲਣ ਤੋਂ ਵੀ ਪਰਹੇਜ਼ ਕਰਨ ਲੱਗ ਪਿਆ ਵਾਹ ਕੀ ਬਾਤ ਹੈ ਪਰ ਇਹ ਬੋਲਣ ਤੋਂ ਪਰਹੇਜ਼ ਤਾਂ ਬਹੁਤ ਪਹਿਲਾਂ ਦਾ ਕਰਨ ਲੱਗ ਗਏ ਨੇ ਟਾਣਾ ਸਾਹਿਬ ਜਿਹੜੇ ਲੋਕ ਮਿੱਠਾ ਖਾਂਦੇ ਵੀ ਨਹੀਂ ਤੁਸੀਂ ਉਹਨਾਂ ਤੋਂ ਵੀ ਆਸ ਨਹੀਂ ਕਰ ਸਕਦੇ ਕਿ ਜ਼ਰੂਰੀ ਨਹੀਂ ਆ ਕਿ ਉਹ ਮਿੱਠਾ ਹੀ ਬੋਲਣਗੇ ਬਹੁਤ ਘੱਟ ਲੋਕ ਇਹੋ ਜਿਹੇ ਰਹਿ ਗਏ ਨੇ ਜਿਹੜੇ ਮਿੱਠਾ ਬੋਲਦੇ ਨੇ ਜਿਹੜੇ ਮਿੱਠੀਆਂ ਗੱਲਾਂ ਕਰਦੇ ਨੇ ਤੇ ਅੱਜ ਕੱਲ ਤਾਂ ਜਿਹੜੇ ਹਨਾ ਇਹ ਪਛਾਣ ਕਰਨੀ ਬਹੁਤ ਔਖੀ ਹੋ ਗਈ ਅੱਜ ਕੱਲ ਤਾਂ ਜਿਨ੍ਹਾਂ ਨੇ ਧੋਖਾ ਦੇਣਾ ਹੁੰਦਾ ਹੈ ਕਹਿੰਦੇ ਸਭ ਤੋਂ ਬਾਅਦ ਮਿੱਠੀਆਂ ਗੱਲਾਂ ਹੀ ਉਹ ਕਰ ਦਿੰਦੇ ਨੇ ਬਿਲਕੁਲ ਸਹੀ ਗੱਲ ਹੈ ਪਰ ਦੇਖੋ ਸਮੇਂ ਦੀ ਗੱਲ ਹੈ ਵੀ ਜਦੋਂ ਨਿੱਕੇ ਕਿਸੇ ਰਿਸ਼ਤੇਦਾਰ ਦੇ ਮੂਰੇ ਕੌਲੀ ਭਰ ਕੇ ਰੱਖੀ ਹੋਣੀ ਪਕੌੜੀਆਂ ਦੀ ਤਾਂ ਉਡੀਕ ਹੀ ਜਾਣਾ ਵੀ ਇਹ ਜਾਊ ਕਿਹੜੇ ਵੇਲੇ ਜਿਹੜੇ ਬਚ ਗਏ ਚੱਕ ਦੇਣੇ ਉਦੋਂ ਹੀ ਹੁਣ ਘਰੇ ਡੱਬਾ ਆਜੇ ਮਠਿਆਈ ਦਾ ਫਿਕਰ ਪੈ ਜਾਂਦਾ ਵੀ ਖਵਾਉਣਾ ਕਿਨੂੰ ਆ ਇਹ ਸਮੇਂ ਦੇ ਨਾਲ ਦੇਖੋ ਬੰਦੇ ਦੇ ਸਵਾਦ ਬਦਲਦੇ ਆ ਹੁਣ ਮਿੱਠਾ ਉਹਨਾ ਚੰਗਾ ਨਹੀਂ ਲੱਗਦਾ ਹਾਂ ਤੁਹਾਨੂੰ ਯਾਦ ਹੈ ਟਾਣਾ ਸਾਬ ਜੋ ਨਿੱਕੇ ਹੁੰਦੇ ਸੀ ਕਿਸੇ ਨੇ ਘਰੇ ਆਉਣਾ ਤੇ ਜਦੋਂ ਕੋਈ ਪਸੰਦੀਦਾ ਮਠਿਆਈ ਘਰ ਦਿਆ ਨੇ ਉਹਨਾਂ ਦੇ ਲਈ ਲੈ ਕੇ ਆਉਣੀ ਹੈ ਨਾ ਤੇ ਨਜ਼ਰਾਂ ਤਾਂ ਇਹ ਟਿਕੀਆਂ ਹੁੰਦੀਆਂ ਸੀ ਵੀ ਇਹ ਜਾਣਗੇ ਤਾਂ ਅਸੀਂ ਖਾਵਾਂਗੇ ਹੈਨਾ ਤੇ ਜੇ ਕਿਸੇ ਨੇ ਖਾਣੋ ਹੀ ਨਾ ਹਟਣਾ ਜਾਂ ਖਾਈ ਜਾਣੀ ਹੈ ਨਾ ਤੇ ਅੰਦਰੋਂ ਨੇ ਵੀ ਮੇਰੇ ਹਿੱਸੇ ਦਾ ਵੀ ਗਾਇ ਸਹੀ ਗੱਲ ਆ ਤੇ ਰਿਸ਼ਤੇਦਾਰ ਹਲੇ ਬੂਆ ਨਹੀਂ ਸੀ ਟਪਦੇ ਤੇ ਨਾਲ ਹੀ ਉਹਦੇ ਉੱਤੇ ਮਤਲਬ ਪੂਰੀ ਤਰ੍ਹਾਂ ਨਾਲ ਅਟੈਕ ਹੋ ਜਾਂਦਾ ਸੀ ਉਹਦੇ ਉੱਤੇ ਬੰਦਾ ਛਾ ਜਾਂਦਾ ਸੀ ਕਿ ਛੇਤੀ ਦੇਣੀ ਇਹ ਲੱਡੂ ਪੇੜੇ ਬਰਫੀ ਮੈਂ ਖਾ ਲਵਾ ਬਾਕੀ ਠੀਕ ਆ ਤੁਸੀਂ ਇਹ ਕਰਦੇ ਰਹੇ ਹੋ ਜੀ ਦੱਸਦਾ ਹਾਂ ਇਹ ਕੀ ਗੱਲ ਹੋਈ ਸਾਰੇ ਬੱਚੇ ਕਰਦੇ ਹੁੰਦੇ ਆ ਜੀ ਤੇ ਮੈਂ ਹੁਣ ਆਪਣਾ ਚਾਹਦਾ ਵਿਚਾਰ ਪੇਸ਼ ਕਰਾਂ ਜੀ ਕਹਿੰਦੇ ਕਿ ਅੱਜ ਦੇ ਜ਼ਮਾਨੇ ਦੇ ਵਿੱਚ ਜੇਕਰ ਤੁਸੀਂ ਕਿਸੇ ਦੇ ਲਈ ਆਪਣੀ ਧੌਣ ਵੀ ਕਟਾ ਦਿਓ ਨਾ ਹਾਂ ਤੁਸੀਂ ਕਹੋ ਵੀ ਮੈਂ ਕਿਸੇ ਨਾਲ ਇੰਨਾ ਕਰਦਾ ਜਾਂ ਕਿਸੇ ਨੂੰ ਮੇਰੀ ਲੋਡ ਆ ਵੀ ਮੈਂ ਆਪਣੀ ਧੌਣ ਵਢਾ ਦੇਣਾ ਤਾਂ ਅਗਲਾ ਬੰਦਾ ਅੱਗੇ ਉਹ ਇਹ ਕਹਿੰਦਾ ਵੀ ਸਹੀ ਤਰ੍ਹਾਂ ਨਹੀਂ ਵਢਾਈ ਥੋੜੀ ਜੀ ਹੋਰ ਚੰਗੀ ਤਰ੍ਹਾਂ ਵਢਾਉਣੀ ਸੀ ਬਟਾਂਗੋ ਤਾਂ ਕਹਿਣਾ ਹੁੰਦਾ ਵੀ ਕੋਈ ਕਿਵੇਂ ਵੀ ਕਹਿੰਦਾ ਪਰਵਾਹ ਹੀ ਨਾ ਕਰੋ ਆਪਦਾ ਮਨ ਖੁਸ਼ ਰੱਖੋ ਕਿਸੇ ਨਾ ਕਿਸੇ ਨੇ ਕੋਈ ਨਾ ਕੋਈ ਤਾਂ ਗੱਲ ਕੱਢਣੀ ਕੱਢਣੀ ਆ ਕੱਚ ਦੇ ਵਿੱਚੋਂ ਮੁੰਗਲੀ ਕੱਢ ਮਾਰਨੀ ਆ ਹੁਣ ਦੇਖੋ ਜੇਕਰ 99 ਜਾਨੇ ਕਹਿਣਗੇ ਵੀ ਹਰਮਨ ਜੀ ਬਹੁਤ ਸੋੜਾ ਲੱਗਦੇ ਜਦੋਂ ਹੱਸਦੇ ਆ ਇਹਨਾਂ ਨੂੰ ਹੱਸਣਾ ਹੀ ਚਾਹੀਦਾ ਇਸ ਪ੍ਰੋਗਰਾਮ ਦੀ ਪਛਾਣ ਹੀ ਹੱਸਣ ਵਾਲੀ ਆ ਇਹ ਖਜੜ ਨੇ ਕੜ ਲੈ ਐਡੀਆਂ ਸਮੱਸਿਆਵਾਂ ਪੰਜਾਬ ਦੀਆਂ ਇਧਰ ਹਸੇ ਜਾਂਦੇ ਆ ਵੀ ਜੇ ਧਾਹਾਂ ਮਾਰਨਗੇ ਤਾਂ ਸਾਰਾ ਪੰਜਾਬ ਖੁਸ਼ਹਾਲ ਹੋ ਜਾਣਾ ਨਹੀਂ ਤੇ ਗੱਲ ਇਹ ਹੈ ਵੀ ਹਾਸ ਹਾਸ ਕੇ ਤਾਂ ਬਜਟ ਵੀ ਪੇਸ਼ ਹੋਇਆ ਹਾਸ ਤੇ ਤਾਂ ਉੱਥੇ ਵੀ ਬੈਠੇ ਕਈ ਸੀ ਉਹਦੋਂ ਕਿਹੜਾ ਸਮੱਸਿਆਵਾਂ ਹੱਲ ਹੋ ਗਈਆਂ ਜਿਹੜਾ ਮੇਰੇ ਹਾਸ ਦੇ ਨਾਲ ਨਹੀਂ ਹੱਲ ਹੋਈਆਂ ਮੈਂ ਤਾਂ ਉਦਾਹਰਨ ਦਿੱਤੀ ਆ ਮਤਲਬ ਇਹ ਆ ਵੀ ਲੋਕਾਂ ਦੀ ਬਾੜੀ ਨਹੀਂ ਪ੍ਰਵਾਹ ਕਰਨੀ ਚਾਹੀਦੀ ਲੋਕਾਂ ਨੇ ਕੋਈ ਨਾ ਕੋਈ ਤਾਂ ਕਹਿਣਾ ਹੀ ਆ ਜੀ ਕੁਝ ਤਾਂ ਲੋਕ ਕਹਿਣਗੇ ਲੋਕੋ ਦਾ ਕੰਮ ਹੈ ਕਹਿਣਾ ਵਾਹ ਹਾਂ ਅੱਗੇ ਫਿਰ ਪਤਾ ਨਹੀਂ ਕੀ ਅੱਗੇ ਗਾੜਾ ਭੁੱਲ ਗਿਆ ਭੁੱਲ ਗਿਆ ਇੱਥੇ ਵੀ ਉਹ ਨੌਜਾ ਚਾਚਾ ਦਾ ਵਿਚਾਰ ਆ ਜੀ ਵੀ ਮਨੁੱਖ ਭੁੱਲਣਹਾਰ ਹੈ ਮੇਰੇ ਵਾਂਗੂ ਜੀ ਉਹ ਉਹ ਗਾਣਾ ਸੀ ਕੁਝ ਤੋਂ ਲੋਕ ਕਹੇਗੇ ਲੋਕੋ ਦਾ ਕੰਮ ਹੈ ਕਹਿਣਾ ਛੋੜੋ ਬੇਕਾਰ ਕੀ ਬਾਤੋਂ ਕੋ ਕਹੀਂ ਬੀਤ ਨਾ ਜਾਏ ਰਹਿਣਾ ਕਹੀਂ ਬੀਤ ਨਾ ਜਾਏ ਰਹਿਣਾ ਜੀ ਹਾਂ ਹਾਂ ਤੇ ਹੁਣ ਆਪਾਂ ਅੱਗੇ ਵਧੀਏ ਬਿਲਕੁਲ ਚਾਚਾ ਦਾ ਵਿਚਾਰ ਹਰਮਨ ਜੀ ਪੰਜਾਬ ਦੇ ਵਿੱਚ ਲਹਿਰਾਂ ਬਹਿਰਾਂ ਲੱਗ ਜਾਣੀਆਂ ਹੁਣ ਖਜ਼ਾਨਾ ਨਕੋ ਨਕ ਭਰ ਜਾਣਾ ਫੁੱਲ ਬਟਾ ਫੁੱਲ ਇੰਨਾ ਪੈਸਾ ਹੋਣਾ ਵੀ ਤੰਗਲੀਆਂ ਚੱਕ ਲੋ ਵੀ ਜਿਹੜੇ ਨੋਟ ਬਾਹਰ ਆਏ ਨਾ ਐਂ ਕਰਕੇ ਜਿਵੇਂ ਆਪਾਂ ਤੂੜੀ ਅੰਦਰ ਕਰਦੇ ਹੁੰਨੇ ਆ ਐਂ ਕਰਕੇ ਨੋਟ ਅੰਦਰ ਕਰਨੇ ਪੈਣੇ ਨੇ ਤਾਂ ਨੋਟ ਚੱਕ ਕੇ ਲੈ ਜਾ ਕੋਈ ਰਾਣਾ ਸਾਹਿਬ ਕੀ ਹੋ ਗਿਆ ਤੁਨ ਨਕ ਨਕ ਪਰ ਜਾਣਾ ਖਦਾਨਾ ਨਕ ਨਕ ਇਦਾਂ ਦੀਆਂ ਗੱਲਾਂ ਕਰਦੇ ਤੁਸੀਂ ਤਾਂ ਬਿਲਕੁਲ ਨਹੀਂ ਚੰਗੇ ਲੱਗਦੇ ਅੱਛਾ ਮਨਪ੍ਰੀਤ ਸਿੰਘ ਬਦਲ ਕਰਨ ਠੀਕ ਆ ਤੇ ਮੈਂ ਕਰਾਂ ਤਾਂ ਮਾੜੀ ਗੱਲ ਆ ਮੈਂ ਤਾਂ ਹੀ ਕਹਿਆ ਵੀ ਤੁਸੀਂ ਤਾਂ ਕਰਦੇ ਨਹੀਂ ਚੰਗੇ ਲੱਗਦੇ ਕਿਉਂਕਿ ਤੁਹਾਨੂੰ ਇਹ ਚੰਗੀ ਤਰ੍ਹਾਂ ਪਤਾ ਹੈ ਕਿ ਇਸ ਵੇਲੇ ਪੰਜਾਬ ਦੇ ਸਰ ਕਰਜ਼ਾ ਜਿਹੜਾ ਹੈ ਉਹ 273000 ਤੋਂ ਅੱਗੇ ਅੰਕੜਾ ਹੋਰ ਵੀ ਹੈ 8 ਕਰੋੜ ਰੁਪਏ ਇੱਕ ਕਰਜ਼ਾ ਹੈ ਔਰ ਅੱਗੇ ਕਹਿੰਦੇ 24 25 ਤਾਈਆਂ ਦੁੱਗਣਾ ਹੋ ਜਾਣਾ ਹੈ ਹਰ ਇੱਕ ਇਨਸਾਨ ਹਰ ਇੱਕ ਬੰਦਾ ਜਿਹੜਾ ਪੰਜਾਬ ਦੇ ਵਿੱਚ ਰਹਿੰਦਾ ਹੈ ਉਹ ਕਹਿੰਦੇ 93 ਤੋਂ 96000 ਰੁਪਏ ਦਾ ਦੇਣਦਾਰ ਹੈ ਜੇ ਇਸ ਹਿਸਾਬ ਨਾਲ ਆਪਾਂ ਦੇਖੀਏ ਜਿਹੜਾ ਇਹ ਬੱਚਾ ਇਸ ਵਕਤ ਧਰਤੀ ਦੇ ਉੱਤੇ ਆਉਂਦਾ ਮਾਂ ਦੇ ਪੇਟ ਦੇ ਵਿੱਚੋਂ ਬਾਹਰ ਆਉਂਦਾ ਤਿਲਕਾਰੀ ਮਾਰਨ ਤੋਂ ਪਹਿਲਾਂ ਉਹਦੇ ਸਿਰ ਦੇ ਉੱਤੇ ਕਰਜ਼ੇ ਦੀ ਪੰਡ ਹੁੰਦੀ ਆ ਉਹ ਲਗਭਗ 95 96000 ਰੁਪਏ ਦੀ ਤੇ ਉਹਦਾ ਆਪਾਂ ਕੁਝ ਹਾਲ ਆ ਪਰ ਮੈਨੂੰ ਹੋਰ ਪਤਾ ਲੱਗਾ ਵੀ ਅਲਾਦੀਨ ਦਾ ਚਰਾਗ ਆਊਗਾ ਹੁਣ ਮਨਪ੍ਰੀਤ ਸਿੰਘ ਬਦਲ ਐ ਰਗੜ ਲੰਗੀਆਂ ਨੂੰ ਵਿੱਚੋਂ ਨਿਕਲੂਗਾ ਜਨੂ ਉਹ ਕਮੇ ਆਕਾ ਉਹ ਕਹਿਣਗੇ ਵੀ ਖਜ਼ਾਨਾ ਨਕੋ ਨਕ ਭਰ ਦੇ ਦੋਨੇ ਵਾਪਸ ਭੇਜ ਚਲ ਜਾਣਾ ਤਾਲ ਸੁਣੋ ਪਹਿਲਾਂ ਪੂਰੀ ਵਟ ਕੱਢ ਦੇ ਉਹਨੇ ਨਾਲ ਦੀ ਨਾਲ ਕਹਿਣਾ ਬਈ ਠੀਕ ਆਪਾ ਆ ਚੱਕ ਹਾਂ ਤੇ ਫਿਰ ਉਸ ਤੋਂ ਬਾਅਦ ਤੁਰੰਤ 750 ਰੁਪਏ ਜਿਹੜੀ ਬੁਢਾਪਾ ਪੈਨਸ਼ਨ ਮਿਲਦੀ ਹੈ 1500 ਰੁਪਏ ਮਹੀਨਾ ਹੋ ਜਾਣੀਆਂ ਜਿਹੜੀ 21000 ਰੁਪਏ ਸ਼ਗਨ ਸਕੀਮ ਦੀ ਰਾਸ਼ੀ ਹੈ ਇਹ 51000 ਰੁਪਏ ਹੋ ਜਾਣੀਆਂ ਫਿਰ ਬੱਸਾਂ ਦੇ ਵਿੱਚ ਔਰਤਾਂ ਮੁਫਤ ਚ ਸਫ਼ਰ ਕਰਨੀਆਂ ਵਿਦਿਆਰਥੀ ਮੁਫਤ ਦੇ ਵਿੱਚ ਸਫ਼ਰ ਕਰਨਗੇ ਫਿਰ ਲਹਿਰਾ ਬਹਿਰਾ ਲੱਗ ਜਾਣੀਆਂ ਵਿਕਾਸ ਹੀ ਵਿਕਾਸ ਚਾਰੇ ਪਾਸੇ ਵਿਕਾਸ ਹੀ ਵਿਕਾਸ ਬਿਲਕੁਲ ਮੈਂ ਤਾਂ ਆਪੇ ਸੋਚ ਲਿਆ ਵੀ ਮੈਂ ਆਪਣੀ ਐਕਟਿਵਾ ਵੇਚ ਦੇਣੀ ਆ ਹੁਣ ਬੱਸੇ ਆਇਆ ਕਰੂੰਗੀ ਦਫ਼ਤਰ ਨੂੰ ਕਿਉਂਕਿ ਮੁਫਤ ਚ ਸਫ਼ਰ ਕਰਿਆ ਕਰਨਾ ਭਾਈ ਮ ਹਰ ਉਮਰ ਵਰਗ ਦੀ ਔਰਤ ਜਿਹੜੀ ਹੈ ਕੁੜੀ ਜਿਹੜੀ ਹੈ ਉਹ ਬੱਸ ਦੇ ਵਿੱਚ ਮੁਫਤ ਚ ਸਫ਼ਰ ਕਰ ਸਕਦੀ ਹੈ ਵੀ ਜੀ ਐਲਾਨ ਕੀਤਾ ਇਹ ਨਹੀਂ ਕਿ ਆ ਵੀ ਇੰਨੀ ਤਰੀਕ ਤੋਂ ਬਹਿ ਜਾ ਪਿਛਲਾ ਵੀ ਬਜਟ ਦੇਖ ਲੋ ਜਿਹੜੇ ਉਹਦੇ ਚ ਐਲਾਨ ਹੋਏ ਸੀਗੇ ਉਹ ਕਿੰਨੇ ਕੁ ਪੂਰੇ ਹੋ ਗਏ ਆ ਇਹਦੇ ਵੱਲ ਵੀ ਖਿਆਲ ਕਰਿਆ ਕਰੋ ਆ ਠੀਕ ਹੈ ਟਾਣਾ ਸਾਹਿਬ ਹੁਣੇ ਤੁਸੀਂ ਇੱਕ ਬੰਦੇ ਸੀ ਹੁਣ ਤੁਸੀਂ ਦੂਜੇ ਬੰਦੇ ਹੋ ਗਏ ਜਿਵੇਂ ਮੈਂ ਕਿਹਾ ਵੀ ਮੈਂ ਬੱਸੇ ਚੜਨਾ ਮੈਂ ਤਾਂ ਇੱਕ ਉਦਾਹਰਨੀ ਰੂਪ ਦੇ ਵਿੱਚ ਗੱਲ ਕਹੀ ਆ ਮੈਂ ਤਾਂ ਕਟਾਕਸ਼ੀ ਰੂਪ ਦੇ ਵਿੱਚ ਕਹੀ ਆ ਆਏ ਹਾਏ ਪਰ ਗੱਲ ਇਹ ਹੈ ਟਾਣਾ ਸਾਹਿਬ ਕਿ ਇਸ ਵੇਲੇ ਨਾ ਜੋ ਹਾਲਾਤ ਨੇ ਉਹਨਾਂ ਦੇ ਨਾਲ ਜੇਕਰ ਜੋ ਗੱਲਾਂ ਕਹੀਆਂ ਗਈਆਂ ਇਸ ਬਜਟ ਨੂੰ ਪੇਸ਼ ਕਰਨ ਮੌਕੇ ਜਿਸ ਨਾਲ ਤੁਲਨਾ ਕਰਕੇ ਵੇਖੀ ਜਾਏ ਨਾ ਤੇ ਬੰਦੇ ਨੂੰ ਵੈਸੇ ਹੀ ਹਾਸਾ ਆ ਜਾਂਦਾ ਵੀ ਵੇਖੀ ਕੀ ਗੱਲਾਂ ਕਰੀ ਜਾਂਦੇ ਸਾਡਾ ਇੱਕ ਜਾਣਕਾਰ ਕੰਡਕਟਰ ਆ ਜੀ ਉਹਨੇ ਅੱਜ ਸਵੇਰੇ ਸਵੇਰੇ ਮੈਨੂੰ ਇੱਕ ਗੱਲ ਦੱਸੀ ਜੀ ਕਹਨਾ ਵੀ ਮੈਂ ਮਾਤਾ ਨੂੰ ਕਿਹਾ ਬਜ਼ੁਰਗ ਨੂੰ ਮੈਂ ਕਿਹਾ ਮਾਤਾ ਮੇ ਟਿਕਟ ਟਕਟਾ ਉਹ ਕਹਿੰਨੀ ਨਹੀਂ ਨਹੀਂ ਹੁਣ ਨਹੀਂ ਸਾਡੀ ਟਿਕਟ ਲੱਗਦੀ ਮੁਫਤ ਦੇ ਵਿੱਚ ਸਫਰ ਕਰਦੀਆਂ ਸੀ ਤਾਂ ਉਹ ਕਹਿੰਦਾ ਬੇਬੇ ਹਾਲੇ ਆਰਡਰ ਨਹੀਂ ਆਏਗੇ ਪਿੱਛੋਂ ਸਿਰਫ ਗੱਲ ਹੀ ਹੋਈ ਆ ਤੇ ਕਹਨਾ ਬੇਬੇ ਨੇ ਇੱਕ ਨਾ ਪਟਿਆ ਜਾ ਮਧੋਲਿਆ ਜਾ ਬਿਲਕੁਲ ਵਿੰਗਾ ਜਾ ਹੋਇਆ ਨੋਟ ਉਹਨੇ ਕੱਟ ਕੇ ਰਮਾਲ ਦੇ ਵਿੱਚ ਤਾਂ ਮੈਨੂੰ ਫੜਾਤਾ ਤੇ ਨਾਲੇ ਕਹਿੰਦੀ ਇਹ ਤਾਂ ਲੰਬੂ ਜੀ ਨੇ ਐਵੇਂ ਹੀ ਛੜਤੀ ਸ਼ੁਰਲੀ ਕਹਿੰਦਾ ਮੈਂ ਹਾਲੇ ਤੱਕ ਸੋਚੀ ਜਾਂਦਾ ਵੀ ਮੈਨੂੰ ਆਖਿਆ ਕਿ ਮੰਤਰੀ ਸਾਹਿਬ ਨੂੰ ਆਖਿਆ ਲੋਕੀ ਦੁਚਿੱਤੀ ਚ ਨਹੀਂ ਹੈ ਨਾ ਉਹ ਲੋਕ ਵੀ ਜਿਨ੍ਹਾਂ ਨੂੰ ਕਿਰਾਇਆ ਖਰਚਣਾ ਵੀ ਪੈ ਰਿਹਾ ਜਿਹੜੇ ਇਸ ਬਜਟ ਤੋਂ ਆਸਾਂ ਲਾਈ ਬੈਠੇ ਨੇ ਜਿਨ੍ਹਾਂ ਨੂੰ ਲੱਗਦਾ ਕਿ ਜੋ ਗੱਲਾਂ ਕਹੀਆਂ ਗਈਆਂ ਉਹ ਪੂਰੀਆਂ ਹੋਣਗੀਆਂ ਉਹ ਵੀ ਦੁਚਿੱਤੀ ਚ ਨਹੀਂ ਤੇ ਦੂਜੇ ਜਿਹੜੇ ਮੰਤਰੀ ਸਹਿਬਾਂ ਨੂੰ ਵੀ ਦੁਚਿੱਤੀ ਚ ਨਹੀਂ ਹੋਣਾ ਕੀ ਹੈ ਕਿਸੇ ਬਦਲ ਨੇ ਖੁਦ ਇਹ ਗੱਲ ਕਹੀ ਆ ਉਹ ਕਹਿੰਦੇ ਵੀ ਭਾਈ ਮੈਂ ਆਖਰੀ ਵਾਰ ਵਿੱਤ ਮੰਤਰੀ ਬਣਿਆ ਮੈਂ ਨਹੀਂਗਾ ਤੋ ਇਹ ਮੰਤਰੀ ਬਣਨਾ ਉਹ ਕਹਿੰਦੇ ਵੀ ਜਿੰਨਾ ਮਰਜ਼ੀ ਕਰ ਲੋ ਇਸ ਵਕਤ ਬਹੁਤ ਸਾਰੀਆਂ ਸਮੱਸਿਆਵਾਂ ਨੇ ਘੇਰਾ ਪਾਇਆ ਹੁੰਦਾ ਇਸ ਕਰਕੇ ਭਾਈ ਆਪ ਆਪ ਵਿਖਦੇ ਵਿੱਚ ਵਿੱਤ ਮੰਤਰੀ ਨਹੀਂ ਬਣਨਾ ਹੋਰ ਕੋਈ ਵਿਭਾਗ ਲਿਆ ਕਰਾਂਗੇ ਨਹੀਂ ਪਰ ਗੱਲ ਇਹ ਹੈ ਕਿ ਜੇਕਰ ਸਮੱਸਿਆਵਾਂ ਨੇ ਘੇਰਾ ਪਾਇਆ ਹੋਇਆ ਤੇ ਮੰਤਰੀ ਸਾਹਿਬ ਦਾ ਤਾਂ ਕੰਮ ਹੈ ਸਮੱਸਿਆਵਾਂ ਦਾ ਪਾਰ ਉਤਾਰਾ ਕਰਨਾ ਸਮੱਸਿਆਵਾਂ ਖਤਮ ਕਰਨੀਆਂ ਤਾਂ ਹੀ ਤਾਂ ਉਹ ਮੰਤਰੀ ਬਣੇ ਨੇ ਜਦੋਂ ਮੰਤਰੀ ਬਣਨਾ ਸੀ ਉਦੋਂ ਵੀ ਤਾਂ ਉਹਨਾਂ ਨੇ ਵੀ ਕਿਹਾ ਸੀ ਬਾਕੀ ਸਾਰੀ ਵੀ ਕਹਿੰਦੇ ਨੇ ਕਿ ਸੰਜਿਆ ਕਰੋ ਪੰਜਾਬ ਦਾ ਵਿਕਾਸ ਕਿੱਥੇ ਹੋਣਾ ਕਿੱਥੇ ਪੰਜਾਬ ਦੇ ਅੱਧੇ ਲੋਕ ਤਾਂ ਹਰਿਆਣੇ ਚ ਲਿਆ ਕੇ दारू ਪੀਂਦੇ ਆ ਇਹ ਵਕ ਚੰਡੀਗੜ੍ਹ ਤੋਂ ਲਿਆ ਕੇ ਪੀਂਦੇ ਆ ਇਹ दारू ਨਾਲੋਂ ਵੱਧ ਕਮਾਈ ਕਿਹੜੇ ਵਿਭਾਗ ਤੋਂ ਹੁੰਦੀ ਆ ਇਸ ਕਰਕੇ ਪੰਜਾਬ ਦੇ ਜਿਹੜੇ ਸ਼ਰਾਬੀ ਆ ਨਾ ਉਹਨਾਂ ਨੂੰ ਇੱਥੇ ਆਪਣੀ ਧਰਤੀ ਦੇ ਪ੍ਰਤੀ ਸੋਚਣਾ ਚਾਹੀਦਾ ਇਹਦਾ ਵਿਕਾਸ ਤਾਂ ਹੋਊਗਾ ਜੇਕਰ ਉਹ ਇਧਰ ਲਈ ਦਾਰੂ ਪੀਣਗੇ ਹਾਂ ਸ਼ਰਾਬੀ ਸੋਚਣ ਤੁਸੀਂ ਦਾ ਸੋਚੋ ਵੀ ਜਿਨ੍ਹਾਂ ਨੇ ਪੜ੍ਹਨਾ ਹੈ ਉਹ ਕਿੱਥੇ ਜਾਣਗੇ ਜਿਹੜੇ ਨੌਕਰੀਆਂ ਭਾਲਦੇ ਨੇ ਉਹ ਕਿੱਥੇ ਜਾਣਗੇ ਜਿਹੜੇ ਲੋਕ ਤੁਹਾਡੇ ਤੋਂ ਆਸਾਂ ਲਾਈ ਬੈਠੇ ਨੇ ਉਹ ਕਿੱਥੇ ਜਾਣਗੇ ਤੁਸੀਂ ਨਾ ਸੋਚੋ ਸ਼ਰਾਬੀ ਜ਼ਰੂਰ ਤੁਹਾਡਾ ਸੋਚਣ ਬਿਲਕੁਲ ਸਹੀ ਜੱਜ ਦਾ ਵਿਚਾਰ ਹਰਮਨਜੀ ਬਜਟ ਦੀ ਗੱਲ ਛੇੜੀ ਆ ਤੁਸੀਂ ਇਹ ਨਹੀਂ ਗੱਲ ਪੁੱਛੇਗੀ ਵੀ ਜਿਨ੍ਹਾਂ ਨੂੰ 21000 ਰੁਪਏ ਭੈਣਾਂ ਨੂੰ ਮਿਲਣਾ ਸੀਗਾ ਉਹਨਾਂ ਨੂੰ ਮਿਲਿਆ ਵੀ ਕਦੇ ਕਿ ਨਹੀਂ ਉਹਨਾਂ ਦੇ ਵਿੱਚੋਂ ਕਈ ਕੁੜੀਆਂ ਦੇ ਦੋ ਦੋ ਨਿਆਣੇ ਹੋ ਗਏ ਪੁੱਛੜ ਚੱਕ ਕੇ ਨਿਆਣਾ ਉਹ ਜਾਂਦਿਆਂ ਦਫ਼ਤਰ ਦੇ ਵਿੱਚ ਤਾਂ ਹੀ ਨਹੀਂ ਪੁੱਛਿਆ ਜਨ ਗਿਆ ਵੀ ਸਾਡੇ ਵਾਲਾ 21000 ਉਹ ਕਦੇ ਨਾ ਇਕੱਠਾ ਕੁੰਜੇ ਦੇਵਾਂਗੇ ਇਹ ਲੈਣਾ ਪੜਨੇ ਪੈ ਜਮੜਾ ਜਾ ਜੀ ਇਹ ਤਾਂ ਹੀ ਨਹੀਂ ਮੈਂ ਪੁੱਛਿਆ ਕਿਉਂਕਿ ਉਹ ਤਸਵੀਰਾਂ ਮੈਂ ਵੀ ਵੇਖਿਆ ਨੇ ਉਹਨਾਂ ਬੀਬੀਆਂ ਪੈਣਾ ਦੇ ਨਾਲ ਗੱਲਬਾਤ ਬਹੁਤੀ ਵਾਰ ਹੁੰਦੀ ਹੋਈ ਵੇਖੀ ਆ ਮੈਂ ਜਿਹੜੀਆਂ ਆਪਣੇ ਨਾਲ ਦੋ-ਦੋ ਨਿਆਣੇ ਕੁਛੜ ਚੱਕ ਕੇ ਕਿਸੇ ਨੇ ਇੱਕ ਨੂੰ ਉਂਗਲ ਨਾਲ ਫੜਿਆ ਹੋਇਆ ਹੈ ਕਿਸੇ ਨੇ ਇੱਕ ਗੋਦੀ 'ਚ ਚੱਕਿਆ ਹੋਇਆ ਹੈ ਤੇ ਉਹ ਵਿਚਾਰੀਆਂ ਕਤਾਰਾਂ ਦੇ ਵਿੱਚ ਖੜੀਆਂ ਉਡੀਕ ਰਹੀਆਂ ਹੁੰਦੀਆਂ ਕਿ ਕਦੋਂ ਸਾਨੂੰ ਸ਼ਗਨ ਸਕੀਮ ਦੇ ਤਹਿਤ ਜਿਹੜੇ ਵਾਅਦਾ ਕੀਤਾ ਗਿਆ ਸੀ 21000 ਦਾ ਉਹ ਕਦੋਂ ਮਿਲੂਗਾ ਹਨਾ ਉਹ ਵਾਲਾ ਵਾਅਦਾ ਤਾਂ ਹੋਇਆ ਨਹੀਂ ਉਹ ਕਹਿੰਦੇ ਹੁਣ ਕਿ ਗੱਪ ਹੀ ਛੱਡਣੀ ਐ 21000 ਨਹੀਂ ਛੱਡੀ ਸੀ ਹੁਣ ਥੋੜੀ ਵੱਡੀ ਤੋ ਸਾਡੀ ਸਰਕਾਰ ਆ ਗਈ ਨਾ ਅਸੀਂ ਫਲਾਂ ਦੇ ਉੱਤੇ ਸਬਜ਼ੀਆਂ ਦੇ ਉੱਤੇ ਤੇ ਦੁੱਧ ਦੇ ਉੱਤੇ ਐਮਐਸਪੀ ਦਿਆ ਕਰਾਂਗੇ ਤੇ ਜੇਕਰ ਘਾਟਾ ਪਊਗਾ ਸਰਕਾਰ ਆਪ ਚੱਲਿਆ ਕਰੂਗੀ ਤੇ ਮੈਂ ਸੋਚੀ ਜੈਨਾਂ ਮੈਂ ਕਹਾ 4 ਸਾਲ ਪਹਿਲਾਂ ਇੱਥੇ ਤ੍ਰਿੰਮੂਲ ਕਾਂਗਰਸ ਦੀ ਸਰਕਾਰ ਸੀ ਇੱਥੇ ਅਨਾਂ ਡੀਐਮ ਕੇ ਦੀ ਸਰਕਾਰ ਬਣ ਗਈ ਸੀ ਤੁਹਾਡੀ ਨਹੀਂ ਆਈ ਜੀ ਤੇ ਉਹ ਵੀ ਇਕੱਠੇ 10 ਸਾਲ ਤਾਂ ਬਿਲਕੁਲ ਵੀ ਨਹੀਂ ਆਏਗੇ ਨਾਲੇ ਗੱਲ ਇਹ ਹੈ ਟਾਣਾ ਸਾਹਿਬ ਕਿ ਕਰਜ਼ਾ ਪੰਜਾਬ ਸਰ ਇਹਨਾਂ ਸਾਡੇ ਲੋਕ ਪਤਾ ਨਹੀਂ ਕਿਉਂ ਨਹੀਂ ਸੋਚਦੇ ਉਹ ਇਹਨਾਂ ਦੀਆਂ ਗੱਲਾਂ ਦੇ ਵਿੱਚ ਫਸ ਜਾਂਦੇ ਨੇ ਚਾਹੇ ਕੋਈ ਵੀ ਪਾਰਟੀ ਹੋਵੇ ਆਪਾਂ ਕਿਸੇ ਇੱਕ ਦੀ ਗੱਲ ਨਹੀਂ ਕਰ ਰਹੇ ਸਾਡੇ ਲੋਕ ਇਹ ਨਹੀਂ ਸੋਚਦੇ ਵੀ ਕਰਜ਼ਾ ਕਹਿ ਰਹੇ ਨੇ ਕਿ ਦੁੱਗਣਾ ਹੋ ਜਾਣਾ 24 ਤਾਈ ਹੈ ਨਾ ਤੇ ਉਸ ਤੋਂ ਬਾਅਦ ਵਾਅਦੇ ਇਹ ਕਰਦੇ ਆ ਕਿ ਜੇਕਰ ਘਾਟਾ ਪਿਆ ਤਾਂ ਸਰਕਾਰ ਉਹ ਘਾਟਾ ਪੂਰਾ ਕਰੂਗੀ ਹੈ ਨਾ ਕਿਵੇਂ ਹੋਊਗਾ ਇਹ ਸਾਰਾ ਕੁਝ ਜਿੰਨੀ ਦੇਰ ਤੱਕ ਵਿੱਤੀ ਪ੍ਰਾਪਤਗਾਂ ਦੀ ਗੱਲ ਨਹੀਂ ਕੀਤੀ ਜਾਂਦੀ ਉਨੀ ਦੇਰ ਤੱਕ ਤੁਸੀਂ ਲੋਕ ਭਲਾਈ ਦੀਆਂ ਗੱਲਾਂ ਕਿਵੇਂ ਕਰ ਸਕਦੇ ਹੋ ਕਿਉਂਕਿ ਇਸ ਵਕਤ ਜੇਕਰ 1 ਰੁਪਿਆ ਤੁਰਦਾ ਨਾ ਤੇ ਉਹ ਸਹੀ ਥਾਂ ਦੇ ਉੱਤੇ ਪਹੁੰਚਦੇ ਪਹੁੰਚਲੇ ਕਿੰਨੇ ਕੋ ਪੈਸੇ ਰਹਿ ਜਾਂਦੇ ਆ ਇਹਦੇ ਬਾਬਤ ਆਪਾਂ ਜਾਣਦੇ ਆ ਜੀ ਦੂਜੀ ਵੱਡੀ ਗੱਲ ਇਹ ਆ ਕਿ ਮਨਪ੍ਰੀਤ ਸਿੰਘ ਬਾਦਲ ਨੇ ਬਜਟ ਦੇ ਵਿੱਚ ਵਸੀਲਿਆਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਵੀ ਸਾਨੂੰ ਆਊਗਾ ਪੈਸਾ ਕਿੱਥੋਂ ਇਹ ਤਾਂ ਗੱਲ ਆਪਾਂ ਕਹਿਤੀ ਵੀ ਭਾਈ ਇੱਧਰ ਇੰਨਾ ਖਰਚ ਦੇਾਂਗੇ ਇੱਧਰ ਇੰਨਾ ਖਰਚ ਦੇਾਂਗੇ ਉੱਧਰ ਓਨਾ ਖਰਚ ਦੇਾਂਗੇ ਉਹ ਭਾਈ ਲੈ ਕੇ ਕਿੱਥੋਂ ਆਵਾਂਗੇ ਹੂੰ ਲੈ ਕੇ ਆਉਣ ਦੇ ਵੀ ਪ੍ਰਬੰਧ ਦੱਸੋ ਫੇਰ ਗੱਲ ਬਣਦੀ ਆ ਜੀ ਬਿਲਕੁਲ ਸਹੀ ਗੱਲ ਹੈ ਕਿਉਂਕਿ ਦੇਖੋ ਉਹਨਾਂ ਨੇ ਵੀ ਤਾਂ ਬਜਟ ਇਸ ਹਿਸਾਬ ਨਾਲ ਪੇਸ਼ ਕੀਤਾ ਨਾ ਜਿਹੜਾ ਕਿ ਲੱਗੇ ਵੀ ਚਲੋ ਜਿਹੜੀਆਂ ਅੱਗੇ ਵੋਟਾਂ 222 ਦੇ ਵਿੱਚ ਜੋ ਕੁਝ ਪੰਜਾਬ ਦੇ ਵਿੱਚ ਹੋਣਾ ਉਹਦੇ ਮੱਦੇਨਜ਼ਰ ਬਜਟ ਪੇਸ਼ ਕੀਤਾ ਗਿਆ ਉਸ ਤੋਂ ਇਲਾਵਾ ਤਾਂ ਕੁਝ ਵੀ ਨਹੀਂ ਸੀ ਲੋਕਾਂ ਨੂੰ ਸਿਰਫ ਲੁਭਾਇਆ ਗਿਆ ਆ ਕਰ ਦਿਆਂਗੇ ਆ ਹੋ ਜਾਊਗਾ ਇਦਾਂ ਕਰ ਦੇਣਾ ਹੈ ਨਾ ਪਰ ਹੋਊ ਕਿਵੇਂ ਪੈਸਾ ਕਿੱਥੋਂ ਆਊਗਾ ਕੀ ਵਸੀਲੇ ਹੋਣਗੇ ਇਹਦੇ ਬਾਬਤ ਤਾਂ ਸ਼ਾਇਦ ਉਹਨਾਂ ਨੇ ਸੋਚਿਆ ਹੀ ਨਹੀਂ ਨਾਲੇ ਅਗਲੀ ਗੱਲ ਇਹ ਆ ਬਈ 200 ਤੇ 17 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਿਹਾ ਸੀ ਵੀ 2500 ਰੁਪਏ ਵਡਾਪਾ ਪੈਨਸ਼ਨ ਦਿਆ ਕਰਾਂਗੇ ਤੇ ਹੁਣ 1500 ਤੇ ਆ ਕੇ ਆਪਾਂ ਬ੍ਰੇਕ ਲਾ ਲਈ ਆ ਤੇ 2500 ਦੀ ਗੱਲ ਹਲੇ ਵੀ ਹੈ ਨਹੀਂਗੀ ਉਹਨਾਂ ਨੇ ਕਿਹਾ ਸੀ ਵੀ ਘਰ ਘਰ ਨੌਕਰੀ ਦੇਵਾਂਗੇ ਪਰ ਇਹਨਾਂ ਸਾਰੀਆਂ ਗੱਲਾਂ ਨੂੰ ਪਰੇ ਕਰ ਦਿਓ ਕਿਉਂਕਿ ਐਦਾਂ ਹੀ ਹੁੰਦਾ ਕਿਉਂਕਿ ਚੱਲਦਾ ਸਾਡੇ ਤਾਂ ਸਰਕਾਰਾਂ ਫਿਰ ਐਦਾਂ ਹੀ ਕਰਨਗੀਆਂ ਤੇ ਉਧਰ ਆਮ ਆਦਮੀ ਪਾਰਟੀ ਨੇ ਗੱਲ ਕਹੀ ਹੈ ਕਿ ਇਹ ਬਜਟ ਤਾਂ ਪ੍ਰਸ਼ਾਂਤ ਕਸ਼ੋਰ ਦਾ ਤਿਆਰ ਕੀਤਾ ਲੱਗਦਾ ਤੋ ਕਿ ਸੁਪਨੇ ਵੇਚਣ ਦਾ ਕਾਰੋਬਾਰ ਉਹੀ ਕਰਦੇ ਆ ਅੱਛਾ ਜੀ ਹੁਣ ਕਈ ਬੰਦੇ ਮੇਰੇ ਅਰਗੇ ਜਿਹੜੇ ਆ ਜਿਨ੍ਹਾਂ ਨੂੰ ਅੰਕੜਾ ਬੜਾ ਵੱਡਾ ਲੱਗਦਾ ਹੁੰਦਾ ਉਹ ਕਹਿੰਦੇ ਲੈ ਭਾਈ ਇੰਨੇ ਹਜ਼ਾਰ ਕਰੋੜ ਤਾਂ ਸਾਡੇ ਪਾਸ ਹੀ ਆ ਜਾਣਾ ਇੰਨੇ ਸੈਂਕੜੇ ਕਰੋੜ ਉਧਰ ਚਲੇ ਜਾਣਾ ਉਹ ਭਾਈ ਇਹ ਗੱਲ ਤਰੀਕਬੱਧ ਨਹੀਂ ਕਹੀ ਇਹ ਨਹੀਂ ਗੱਲ ਕਹੀ ਵੀ ਸਮਾਂ ਬੱਧ ਇੰਨੀ ਤਰੀਕ ਦੇ ਤੱਕ ਇਹ ਕੰਮ ਹੋ ਜਾਣਾ ਇੰਨੇ ਸਾਲ ਤੱਕ ਇੰਨੇ ਮਹੀਨੇ ਤੱਕ ਇਹ ਗੱਲ ਹੋ ਜਾਣੀ ਆ ਸੋ ਇਸ ਕਰਕੇ ਆਉਂਦੇ ਸਮੇਂ ਦੇ ਵਿੱਚ ਪੰਜਾਬ ਦੇ ਸਿਰ ਦੇ ਉੱਤੇ ਕਰਜ਼ੇ ਦੀ ਪੰਡ ਹੋਰ ਵੱਧਣੀ ਆ ਤੇ ਜਦੋਂ ਕਰਜ਼ੇ ਦੀ ਪੰਡ ਲੋਕਾਂ ਦੇ ਸਿਰ ਤੇ ਵੱਧਣੀ ਆ ਤੇ ਉਦੋਂ ਹਰ ਚੀਜ਼ ਮਹਿੰਗਾਈ ਹੋਣੀ ਆ ਜੀ ਮੈਨੂੰ ਇਹ ਨਹੀਂ ਸਮਝ ਆਉਂਦਾ ਟੈਣਾ ਸਾਹਿਬ ਵੀ ਬਜਟ ਪੇਸ਼ ਕਿਉਂ ਕੀਤਾ ਜਾਂਦਾ ਹੈ ਸੱਚੀ ਗੱਲ ਹੈ ਮੈਂ ਇਸ ਚੀਜ਼ ਤੋਂ ਬੜੀ ਹੈਰਾਨ ਆ ਕਿਉਂਕਿ ਅੱਜ ਤੱਕ ਪਿਛਲ ਖੋਰੀ ਝਾਤ ਮਾਰ ਕੇ ਤੁਸੀਂ ਵੇਖ ਲਓ ਕਿਸੇ ਵੀ ਸਰਕਾਰ ਨੇ ਜਿੰਨੇ ਵੀ ਵਾਅਦੇ ਕੀਤੇ ਜਾਂ ਜੋ ਵੀ ਬਜਟ ਦੇ ਵਿੱਚ ਪੇਸ਼ ਕੀਤਾ ਉਹ ਸਾਰਾ ਕੁਝ ਤਾਂ ਨਹੀਂ ਪੂਰਾ ਕੀਤਾ ਉਹਨਾਂ ਨੇ ਲੋਕਾਂ ਨੂੰ ਸਾਰੀਆਂ ਸੁੱਖ ਸਹੂਲਤਾਂ ਤਾਂ ਨਹੀਂ ਦਿਤੀਆਂ ਚਾਹੇ ਉਹ ਫਿਰ ਭਾਰਤ ਦਾ ਬਜਟ ਹੋਵੇ ਚਾਹੇ ਉਹ ਪੰਜਾਬ ਦਾ ਬਜਟ ਹੋਵੇ ਹੈਨਾ ਜੋ ਗੱਲਾਂ ਕੀਤੀਆਂ ਜਾਂਦੀਆਂ ਨੇ ਉਹ ਸਿਰਫ ਗੱਲਾਂ ਹੀ ਬਣ ਕੇ ਰਹਿ ਜਾਂਦੀਆਂ ਨੇ ਕਦੋਂ ਲਾਗੂ ਹੋਊਗਾ ਸਾਰਾ ਕੁਝ ਕਦੋਂ ਲੋਕਾਂ ਦੇ ਵਾਕਈ ਸੁਪਨੇ ਪੂਰੇ ਹੋਣਗੇ ਇਹਦੇ ਬਾਵਜੂਦ ਕੁਛ ਨਹੀਂ ਦੱਸਿਆ ਜਾਂਦਾ ਤੇ ਜੇ ਨਹੀਂ ਕਰਨਾ ਤਾਂ ਫਿਰ ਬਜਟ ਹੀ ਕਿਉਂ ਪੇਸ਼ ਕਰਦੇ ਹੋ ਆ ਫਹਾਇ ਵੜਤਾ ਤੁਸੀਂ ਤਾਂ ਹੋਰ ਕੀ ਹੈ ਬਈ ਯਾਬੀ ਨਬੇੜੋ ਸਹੀ ਗੱਲ ਹੈ ਜਿਹੜੇ ਪਾ ਚੀਜ਼ ਲੱਗਦੀ ਲਾ ਲਓ ਜੇ ਲੈਣੀ ਲੈ ਲਓ ਨਹੀਂ ਮੇਰੇ ਕਹਿਣ ਦਾ ਮਤਲਬ ਇਹ ਹੈ ਟਾਣਾ ਸਾਹਿਬ ਵੀ ਅੱਜ ਤੱਕ ਤੁਸੀਂ ਦੱਸੋ ਲੋਕ ਪੱਖੀ ਕੀ ਹੋਇਆ ਕਿਹੜੀ ਸਰਕਾਰ ਨੇ ਕੀਤਾ ਹੈ ਕੇਂਦਰ ਦੀ ਸਰਕਾਰ ਨੇ ਕੀਤਾ ਕਿ ਸੁਭਾ ਸਰਕਾਰ ਨੇ ਕੀਤਾ ਕਿਸੇ ਨੇ ਵੀ ਪੂਰਨ ਤੌਰ ਦੇ ਉੱਪਰ ਲੋਕਾਂ ਬਾਰੇ ਕਦੇ ਨਹੀਂ ਸੋਚਿਆ ਅਸੀਂ ਲੋਕ ਸਿਰਫ ਤੇ ਸਿਰਫ ਉਹਨਾਂ ਦੇ ਲਈ ਵੋਟਰ ਹਾਂ ਤੇ ਉਹੀ ਰਹਾਂਗੇ ਮੇਰੀ ਤਾਂ ਇੱਛਾ ਇਹ ਹੈ ਵੀ ਕਿਤੇ ਨਾ ਖੜੇਣਾ ਉੱਠ ਕੇ ਨਾ ਵਿੱਤ ਮੰਤਰੀ ਸਾਹਿਬ ਜਾਂ ਕੇਂਦਰੀ ਮੰਤਰੀ ਜਾਂ ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਵੱਖ-ਵੱਖ ਸੂਬਿਆਂ ਦੇ ਇਹ ਗੱਲ ਕਹਿਣ ਵੀ ਅੱਜ ਤੋਂ ਬਾਅਦ ਅਸੀਂ ਸਿਰਫ ਇੱਕ ਪੈਨਸ਼ਨ ਲਿਆ ਕਰਾਂਗੇ ਭਾਵੇਂ ਅਸੀਂ ਚਾਰ ਵਾਰ ਐਮ.ਐਲ.ਏ ਬਣੇ ਆ ਭਾਵੇਂ ਅਸੀਂ ਤਿੰਨ ਵਾਰ ਐਮ.ਪੀ ਬਣੇ ਆ ਭਾਵੇਂ ਦੋ ਵਾਰ ਮੰਤਰੀ ਬਣੇ ਆ ਭਾਵੇਂ ਕੋਈ ਵੀ ਅਹੁਦਾ ਅਸੀਂ ਸਿਰਫ ਇੱਕ ਪੈਨਸ਼ਨ ਰੱਖਣੀ ਹੈ ਅਸੀਂ ਬਾਕੀ ਨਹੀਂ ਲਿਆ ਕਰਨੇ ਜੀ ਪੰਜਾਬ ਦੇ ਵਿੱਚ 5 5 6 6 ਪੈਨਸ਼ਨਾਂ ਲੈਣ ਵਾਲੇ ਕਈ ਸੱਜਣਾ ਤੇ ਉਹਨਾਂ ਲੋਕਾਂ ਨੂੰ ਪੈਨਸ਼ਨਾਂ ਦੀ ਕੀ ਲੋੜ ਹੈ ਜੇਕਰ 58 ਸਾਲ ਤੱਕ ਨੌਕਰੀ ਕਰਕੇ ਮੁਲਾਜ਼ਮ ਨੂੰ ਇੱਕ ਪੈਨਸ਼ਨ ਮਿਲਦੀ ਹੈ ਤੇ ਉਹ ਵੀ ਕਈ ਵਾਰ ਮਿੰਤਾ ਤਰਲੇ ਕਰਨ ਤੋਂ ਬਾਅਦ ਤੇ ਡਾਂਗਾ ਖਾਣ ਤੋਂ ਬਾਅਦ ਤਾਂ ਫਿਰ ਜਿਹੜੇ ਜਨਤਾ ਦੇ ਚੁਣੇ ਹੋਏ ਨੁਮਾਇੰਦੇ ਆ 5 ਸਾਲ ਨਾਲੇ ਤਾਂ ਨਜ਼ਾਰੇ ਲੁੱਟਦੇ ਆ ਤੇ ਨਾਲੇ ਹਰ ਵਾਰ ਪੈਨ ਕਿਲਾ ਜਿੰਨਾ ਮਰਜ਼ੀ ਮਹਿੰਗਾ ਹੋ ਜੇ ਉਹ ਸਾਰਾ ਕੁਝ ਮੁਫਤ ਦੇ ਵਿੱਚ ਨਾਲੇ ਜੇ ਨੌਕਰੀ ਕਰਨ ਦੇ ਉੱਪਰ ਤੁਹਾਡੀ ਇੱਕ ਰਿਟਾਇਰਮੈਂਟ ਦੀ ਉਮਰ ਹੈ ਕਿ ਤੁਸੀਂ ਇੰਨੀ ਉਮਰ ਤੱਕ ਸੇਵਾ ਮੁਕਤ ਹੋ ਜਾਣਾ ਉਸ ਤੋਂ ਬਾਅਦ ਵਿੱਚ ਤੁਸੀਂ ਨਹੀਂ ਕੰਮ ਕਰਨ ਦੇ ਕਾਬਿਲ ਤੇ ਫਿਰ ਜਿਹੜੇ ਇਹ ਲੀਡਰ ਨੇ ਜਿਹੜੇ ਇਹ ਜਿੰਨੇ ਵੀ ਰਾਜਨੀਤੀਵਾਨ ਨੇ ਇਹਨਾਂ ਦੀ ਕੋਈ ਉਮਰ ਹੱਦ ਕਿਉਂ ਨਹੀਂ ਤੈਅ ਕੀਤੀ ਜਾਂਦੀ ਇਹ ਜਦੋਂ ਮਤਲਬ ਬਾਕੀ ਬੰਨੇ ਹੋ ਕਹਿ ਲੋ ਵੀ ਕੰਮਕਾਰ ਕਰਕੇ ਵਿਹਲੇ ਹੁੰਦੇ ਫਿਰਨਾਂ ਨੂੰ ਯਾਦ ਆਉਂਦਾ ਮੈਂ ਤਾਂ ਸੇਵਾ ਕਰਨੀ ਸੀ ਹੈਨਾ ਫਿਰ ਇਹ ਉਧਰਲੇ ਬੰਨੇ ਹੋ ਜਾਂਦੇ ਨੇ ਸੋ ਸਾਰੀਆਂ ਚੀਜ਼ਾਂ ਤੈਅ ਹੋਣੀਆਂ ਜ਼ਰੂਰੀ ਨੇ ਬਿਲਕੁਲ ਸਹੀ ਜੱਜ ਦਾ ਵਿਚਾਰ ਟਣਾ ਸਾਹਿਬ ਬ੍ਰੇਕਿੰਗ ਨਿਊਜ਼ ਸਾਹਮਣੇ ਆਈ ਹੈ ਵੱਡੀ ਖਬਰ ਵੱਡੀ ਖਬਰ ਸਾਹਮਣੇ ਆਈ ਹੈ ਜਿਹੜੀ ਕਿ ਇੱਕਦਮ ਮਤਲਬ ਜਿੱਦੇ ਬਾਰਿਸ਼ ਪਹਿਲਾਂ ਕਿਆਸਰਾ ਹੀ ਨਹੀਂ ਸੀ ਤੇ ਇੱਕਦਮ ਪਾਣਾ ਜਿਹੜਾ ਉਹ ਵਾਪਰ ਗਿਆ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਘਰੇ ਵੀ ਕਹਿੰਦੇ ਈਡੀ ਨੇ ਛਾਪਾ ਮਾਰਿਆ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਵੱਲੋਂ ਛਾਪਾ ਮਾਰਿਆ ਗਿਆ ਕਹਿੰਦੇ ਵੀ ਮਨੀ ਲਾਂਡਰਿੰਗ ਦੇ ਸਬੰਧ ਦੇ ਵਿੱਚ ਸਾਨੂੰ ਸ਼ੱਕ ਆ ਸੂਚਨਾ ਪ੍ਰਾਪਤ ਹੋਈ ਹੈ ਇਸ ਕਰਕੇ ਅਸੀਂ ਛਾਪਾ ਮਾਰਿਆ ਚੰਡੀਗੜ੍ਹ ਦੇ ਵਿੱਚ ਉਹਨਾਂ ਦੇ ਟਿਕਾਣੇ ਦੇ ਉੱਤੇ ਛਾਪਾ ਮਾਰਿਆ ਜਿਹੜੇ ਜਿਹੜੇ ਉਹਨਾਂ ਦੇ ਹੋਰ ਟਿਕਾਣੀਆਂ ਉਹਨਾਂ ਦੇ ਉੱਤੇ ਵੀ ਅਚਾਨਕ ਨੇ ਫੇਰ ਵੀ ਪੱਤਰਕਾਰਾਂ ਨਾਲ ਗੱਲਬਾਤ ਕਰ ਹੀ ਲਈ ਆ ਉਹਨਾਂ ਨੇ ਚੰਡੀਗੜ੍ਹ ਵਾਲੇ ਘਰ ਦਾ ਪੁੰਡਾ ਖੋਲ੍ਹਿਆ ਤੇ ਪੱਤਰਕਾਰ ਬਾਹਰ ਖੜੇ ਸੀ ਤੇ ਆ ਕੇ ਉਹਨਾਂ ਨੇ ਗੱਲਾਂ ਕਹੀਆਂ ਉਹ ਕਹਿੰਦੇ ਵੀ ਮੈਂ ਕਿਸਾਨਾਂ ਦੇ ਹੱਕ ਦੇ ਵਿੱਚ ਬੋਲਿਆ ਇਹ ਕੁਝ ਕਰਨਾ ਹੀ ਸੀ ਉਹ ਕਹਿੰਦੇ ਵੀ ਮੇਰੇ ਉੱਤੇ ਕਿਹੜਾ ਪਹਿਲੀ ਵਾਰੇ ਕਾਰਵਾਈ ਹੋਣ ਲੱਗੀ ਆ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਕਈ ਵਾਰ ਮੈਨੂੰ ਇਦਾਂ ਹੀ ਕਸੂਤਾ ਫਸਾਉਣ ਦੀ ਕੋਸ਼ਿਸ਼ ਕੀਤੀ ਆ ਪਰ ਨਿਕਲਿਆ ਕੁਝ ਨਹੀਂ ਇਹ ਕਹਿੰਦੇ ਵੀ ਤੁਹਾਡੇ ਘਰ ਦੇ ਵਿੱਚ ਪੈਸਿਆਂ ਦੇ ਬਾਬਤ ਪਤਾ ਲੱਗਾ ਸਾਨੂੰ منی ਲਾਂਡਰਿੰਗ ਦਾ ਪਤਾ ਲੱਗਾ ਉਹ ਕਹਿੰਦੇ ਵੀ ਮੇਰੇ ਉੱਤੇ 2 ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਮੈਂ ਲਿਮਟ ਚੱਕੀ ਹੋਈ ਆ ਆਰਥਿਕ ਹਾਲਾਤ ਬਾਰੇ ਵਧੀਆ ਨਹੀਂ ਤੇ ਇਹ ਘਰੋਂ ਨੋਟ ਭਾਲਦੇ ਆ ਹੂੰ ਦੇਖੋ ਗੱਲ ਇਹ ਹੈ ਵੀ ਇਹ ਕਿਹੜਾ ਪਹਿਲਾ ਮਾਮਲਾ ਸਾਹਮਣੇ ਆਇਆ ਦੇਖੋ ਅਸੀਂ ਇਹ ਨਹੀਂ ਕਹਿ ਰਹੇ ਕਿ ਇਹ ਛਾਪੇਮਾਰੀ ਗਲਤ ਹੋਈ ਆ ਜਾਂ ਇਹ ਈਡੀ ਜਿਹੜਾ ਉਹਦੀ ਗਲਤ ਸੋਚ ਦੇ ਤਹਿਤ ਜਾਂ ਐਨਆਈਏ ਜੋ ਵੀ ਪਹਿਲਾਂ ਵੀ ਹੋਇਆ ਉਹਦੇ ਬਾਬਤ ਵੀ ਜੇ ਗੱਲ ਕਰੀਏ ਤਾਂ ਇਹ ਕਿਤੇ ਵੀ ਨਹੀਂ ਕਿਹਾ ਜਾ ਰਿਹਾ ਕਿ ਉਹ ਗਲਤ ਕਰਨੇ ਪਰ ਹੈਰਾਨੀ ਇਸ ਗੱਲ ਤੇ ਹੋ ਰਹੀ ਕਿ ਇਕਦਮ ਹੀ ਕਿਉਂ ਜਾਗ ਖੁੱਲੀ ਆ ਇਕਦਮ ਹੀ ਕਿਉਂ ਯਾਦ ਆਇਆ ਵੀ ਅਸੀਂ ਵੀ ਕੰਮ ਕਰਦੇ ਆ ਭਾਈ ਅਸੀਂ ਇੱਧਰ ਵੀ ਦੇਖ ਲਈਏ ਇੱਧਰ ਵੀ ਦੇਖ ਲਈਏ ਇੱਧਰ ਵੀ ਤੁਸੀਂ ਕੰਮ ਕਰੋ ਪਰ ਪਹਿਲਾਂ ਤੁਸੀਂ ਕਿੱਥੇ ਸੀ ਇਹ ਤੁਣਕਾ ਦੇ ਵੱਲੋਂ ਮਾਰਿਆ ਜਾ ਰਿਹਾ ਸਵਾਲ ਤਾਂ ਇਹ ਉੱਠਦਾ ਸਮੇਂ ਸਮੇਂ ਦੇ ਉੱਤੇ ਵਕ ਵਕ ਏਜੰਸੀਆਂ ਦੇ ਉੱਤੇ ਦੋਸ਼ ਲੱਗੇ ਆ ਵੀ ਕਿੰਨਾ ਦੇ ਵੱਲੋਂ ਇਹਨਾਂ ਨੂੰ ਭੇਜਿਆ ਜਾਂਦਾ ਆ ਆ ਤਾਪਸੀ ਪੰਨੂ ਦੇ ਟਿਕਾਣੇ ਦੇ ਉੱਤੇ ਆਮਦਨ ਕਰ ਵਿਭਾਗ ਦਾ ਛਾਪਾ ਉਧਰ ਕਿਸੇ ਨੂੰ ਕਹਿ ਦਿੰਦੇ ਜੀ ਕਿ ਇਹਨੂੰ ਈਡੀ ਨੇ ਚੱਕ ਲੈਣਾ ਫਲਾਣੇ ਦੇ ਉੱਤੇ ਐਨਆਈਏ ਦਾ ਨੋਟਿਸ ਜਾਰੀ ਹੋ ਗਿਆ ਫਲਾਣੇ ਤੇ ਆ ਗੱਲ ਹੋ ਗਈ ਫਲਾਣੇ ਤੇ ਉਹ ਗੱਲ ਹੋ ਗਈ ਇਦਾਂ ਕਈ ਤਰ੍ਹਾਂ ਦੇ ਸ਼ੱਕ ਜ਼ਰੂਰ ਪੈਦਾ ਹੁੰਦੇ ਆ ਜੀ ਲੋਕ ਤਾਂ ਇਹ ਵੀ ਗੱਲਾਂ ਕਰ ਰਹੇ ਨੇ ਟਾਣਾ ਸਾਹਿਬ ਕਿ ਜਿਹੜੇ ਵੀ ਕਿਸਾਨੀ ਅੰਦੋਲਨ ਦੇ ਹੱਕ ਦੇ ਵਿੱਚ ਬੋਲਦੇ ਨੇ ਉਹਨਾਂ ਦੇ ਘਰੇ ਤਾਂ ਛਾਪੇ ਮਾਰ ਨੇ ਉਹਨਾਂ ਬਾਬਤ ਕਦੇ ਨਹੀਂ ਖਬਰ ਆਈ ਵੀ ਉਹਨਾਂ ਦੇ ਘਰ ਵੀ ਐਨਆਈਏ ਦੇ ਵੱਲੋਂ ਈਡੀ ਦੇ ਵੱਲੋਂ ਜਾਂ ਹੋਰ ਜਿਹੜੇ ਵੀ ਮਹਿਕਮੇ ਨੇ ਉਹਨਾਂ ਦੇ ਵੱਲੋਂ ਛਾਪੇਮਾਰੀ ਕੀਤੀ ਗਈ ਹੋਵੇ ਕਦੇ ਵੀ ਨਹੀਂ ਇਹ ਖਬਰ ਆਪਾਂ ਪੜੀ ਸੁਣੀ ਕਿ ਇਦਾਂ ਵੀ ਕੁਝ ਹੋਇਆ ਹੈ ਮੌਜੂਦਾ ਸਮੇਂ ਦੇ ਵਿੱਚ ਹੈਨਾ ਪਿਛਲੇ ਵਰੇ ਚ ਜੋ ਵੀ ਹੋਇਆ ਜਾਂ ਪਹਿਲੇ ਵੇਲਿਆਂ ਦੇ ਵਿੱਚ ਜੋ ਵੀ ਹੋਇਆ ਇਸ ਕਿਸਾਨੀ ਸੰਘਰਸ਼ ਤੋਂ ਪਹਿਲਾਂ ਉਦੇ ਬਾਬਤ ਕੋਈ ਗੱਲ ਨਹੀਂ ਪਰ ਇਸ ਦੇ ਦੌਰਾਨ ਜਿੰਨੇ ਵੀ ਲੋਕ ਇਸ ਦੇ ਖਿਲਾਫ ਭੁਗਤੇ ਨੇ ਉਹਨਾਂ ਦੇ ਨਾਲ ਰਵਈਆ ਹੋਰ ਤਰ੍ਹਾਂ ਦਾ ਹੈ ਜਿਹੜੇ ਵੀ ਹੱਕ ਚ ਭੁਗਤੇ ਨੇ ਉਹਨਾਂ ਦੇ ਨਾਲ ਰਵਈਆ ਹੋਰ ਤਰ੍ਹਾਂ ਦਾ ਹੈ ਮੈਂ ਤਾਂ ਇਸ ਗੱਲ ਦੇ ਉੱਤੇ ਹੈਰਾਨ ਆ ਵੀ ਭਾਰਤ ਦੇ ਨੇਤਾ ਜਨੂੰ ਜਾਂ ਕੋਈ ਵੀ ਉਹਨਾਂ ਦੇ ਹੱਕ ਦੇ ਵਿੱਚ ਬੋਲਦਾ ਉਹਨੂੰ ਤਾਂ ਮਾੜਾ ਚੰਗਾ ਕਹਿੰਦੇ ਆ ਆ ਇੰਗਲੈਂਡ ਦੀ ਪਾਰਲੀਮੈਂਟ ਦੇ ਵਿੱਚ ਸੰਸਦ ਦੇ ਵਿੱਚ ਉੱਥੇ ਚਰਚਾ ਹੋਈ ਹੈ ਕਿਸਾਨ ਮੁੱਦੇ ਤੇ ਹੁਣ ਭਾਰਤ ਦੀ ਸਰਕਾਰ ਉਹਦੇ ਵੀ ਦਵਾਲੇ ਹੋ ਗਈ ਆ ਵੀ ਭਾਈ ਇਹ ਵੀ ਗਲਤ ਕਰਦੇ ਆ ਅੱਜ ਜਦੋਂ ਜਸਟਨ ਟਰੂਡੋ ਨੇ ਕਹਿ ਸੀਗਾ ਵੀ ਭਾਈ ਪ੍ਰਦਰਸ਼ਨਕਾਰੀਆਂ ਦੇ ਬਾਰੇ ਵੀ ਇਹਨਾਂ ਨੂੰ ਆਪਣਾ ਹੱਕ ਆ ਜਿਹੜਾ ਉਹ ਮਿਲਣਾ ਚਾਹੀਦਾ ਤੇ ਪ੍ਰਦਰਸ਼ਨ ਸ਼ਾਂਤਮਈ ਤਰੀਕੇ ਨਾਲ ਹੁੰਦੇ ਰਹਿੰਦੇ ਆ ਤੇ ਉਦੋਂ ਵੀ ਰੌਲਾ ਪੈ ਗਿਆ ਕਹਿੰਦੇ ਵੀ ਤੁਸੀਂ ਸਾਡੇ ਮਾਮਲੇ 'ਚ ਦਖਲ ਕਿਹੜੀ ਗੱਲੋਂ ਦਿੰਨੇ ਆ ਮਤਲਬ ਇਹ ਆ ਵੀ ਬਾਹਰਲਾ ਵੀ ਨਾ ਕੋਈ ਬੋਲੇ ਤੇ ਅੰਦਰਲਾ ਆਪਾਂ ਬੋਲਣ ਨਹੀਂ ਦੇਣਾ ਬਿਲਕੁਲ ਸਹੀ ਗੱਲ ਹੈ ਇਹ ਤਾਂ ਨਾ ਉਹ ਜਿਵੇਂ ਇੱਕ ਨਾ ਮੱਲੇ ਦੀ ਆਪਾਂ ਗੱਲ ਕਰ ਲਈ ਵੀ ਮੱਲੇ ਦੇ ਵਿੱਚ ਇੱਕ ਦੀ ਆਂਟੀ ਇਹੋ ਜੀ ਜ਼ਰੂਰ ਹੁੰਦੀ ਹੈ ਜਿਹਨੇ ਘਰ ਦੇ ਵਿੱਚ ਵੀ ਆਪਣੀਆਂ ਨੂਆਂ ਧੀਆਂ ਬਿਲਕੁਲ ਦਬਕਾ ਕੇ ਰੱਖੀਆਂ ਹੁੰਦੀਆਂ ਨੇ ਬਾਹਰ ਨਹੀਂ ਜਾ ਸਕਦੀਆਂ ਆਪਣੇ ਦਿਲ ਦੀ ਗੱਲ ਨਹੀਂ ਕਹਿ ਸਕਦੀਆਂ ਜੋ ਮੈਂ ਚਾਹਨੀਆ ਉਵੇਂ ਹੀ ਹੋਊਗਾ ਤੇ ਬਾਹਰ ਮੁਹੱਲੇ ਦੇ ਵਿੱਚ ਵੀ ਆਪ ਤੋਂ ਨੇ ਪੂਰੀ ਨਿਗਰੱਖਣੀ ਹੁੰਦੀ ਹੈ ਵੀ ਕਿਹਦੇ ਘਰੇ ਕੀ ਚੱਲ ਰਿਹਾ ਹੈ ਕੌਣ ਕੀ ਕਰ ਰਿਹਾ ਹੈ ਤੇ ਜੇ ਬਾਹਰ ਕੋਈ ਸਲਾਹ ਦੇਣ ਆ ਜਾਵੇ ਵੀ ਭੈਣ ਦੀ ਕੋਈ ਨਹੀਂ ਨੂੰਹਾਂ ਧੀ ਹੈ ਘੁੰਮ ਫਿਰ ਲੈਣ ਦੋ ਇਹ ਉਮਰ ਹੀ ਹੁੰਦੀ ਹੈ ਤੇ ਉਹਨੂੰ ਵੀ ਟੁੱਟ ਕੇ ਬਹਿ ਜਾਣਾ ਹੁੰਦਾ ਤੁਸੀਂ ਕੌਣ ਘਰ ਚ ਦਖਲ ਦੇਣ ਵਾਲੇ ਸੋ ਆਪਣਾ ਹੱਕ ਤਾਂ ਹਰ ਬੰਨੇ ਆ ਕਿ ਆਪਾਂ ਹਰ ਪਾਸੇ ਵੇਖੀਏ ਵੀ ਕੌਣ ਕੀ ਕਰ ਰਿਹਾ ਹੈ ਕਿਹੜੇ ਦੇਸ਼ 'ਚ ਕੀ ਹੋ ਰਿਹਾ ਹੈ ਕਿੱਥੇ ਸਾਨੂੰ ਗੱਲਬਾਤ ਕਰਨ ਦੀ ਲੋੜ ਹੈ ਪਰ ਕੋਈ ਸਾਨੂੰ ਨਾ ਸਲਾਹ ਦੇ ਜੇ ਵੀ ਤੁਸੀਂ ਨਾ ਕਰੋ ਕੀ ਕਹਿੰਦੇ ਵੀ ਉਧਰ ਪ੍ਰਧਾਨ ਮੰਤਰੀ ਸਾਹਿਬ ਨੇ ਵੀ ਜਾਇਜ਼ ਤੇ ਟਾਕੀ ਟੁਕੀ ਫੇਰ ਲਈ ਆ। ਖੰਭਾ ਖੁੰਭਾ ਨੂੰ ਕਹਿੰਦੇ ਵੀ ਹੁਣ ਪਹੁੰਚ ਕੇ ਰੱਖੋ। ਪੂਰਾ ਵਿੱਚੋਂ ਮਿੱਟੀ-ਮੁੱਟੀ ਕੱਢ ਦਿਓ। ਹੁਣ ਦੇਖੋ ਕਹਿੰਦੇ ਵੀ 15-16 ਮਹੀਨੇ ਹੋ ਗਏ ਆਪਾਂ ਨਹੀਂ ਕਿਤੇ ਗਏ। ਆਪਾਂ ਦੇ ਦੇਸ਼ 'ਚ ਹੀ ਫਸ ਗਏ ਸੀ ਆਪਾਂ। ਕਹਿੰਦੇ ਵੀ ਹੁਣ ਆਪਾਂ ਨਾ ਐਸੀਮੀ ਨੇ ਦੋ ਦਿਨ ਦੇ ਲਈ ਬੰਗਲਾਦੇਸ਼ ਜਾ ਕੇ ਆਉਣਾ ਫਿਰ ਕਹਿੰਦੇ ਆਪਾਂ ਬ੍ਰਿਟਾਨੀਆ ਵੀ ਜਾਣਾ ਮਈ ਇਹ ਤਾਂ ਨਹੀਂ ਹਾਲ ਹੋਇਆ ਟਾਣਾ ਸਾਹਿਬ ਜਿਵੇਂ ਪੰਜਾਬ ਦੇ ਜਿਹੜੇ ਲੋਕ ਜਿਹੜੇ ਤੰਗ ਨੇ ਪਰੇਸ਼ਾਨ ਨੇ ਉਹ ਕਹਿੰਦੇ ਭਾਵੇਂ ਇਰਾਕ ਭੇਜ ਦਿਓ ਯਾਰ ਇੱਥੋਂ ਬਾਹਰ ਕੱਢੋ ਹੁੰਦਾ ਉਦੋਂ ਹੀ ਪ੍ਰਧਾਨ ਮੰਤਰੀ ਸਾਹਿਬ ਵੀ ਸੋਚ ਰਹੇ ਹੋਣਗੇ ਵੀ ਹੋਰ ਕਿਤੇ ਨਾ ਸਹੀ ਬਾਕੀ ਸਭ ਦੇ ਫਲਾਈਟਾਂ ਬੰਦਾ ਬੰਗਲਾਦੇਸ਼ ਹੀ ਚੱਲਦੇ ਆ ਚੰਚ ਦਾ ਵਿਚਾਰ ਤੇ ਹੁਣ ਅੱਗੇ ਵਧੀਆ ਟਾਣਾ ਸਾਹਿਬ ਕਰਨ ਔਜਲੇ ਦਾ ਗਾਣਾ ਸੁਣਿਆ ਕਿਹੜਾ ਜੀ ਲੋਕੀ ਕਹਿੰਦੇ ਬਾਲਾ ਮਾੜਾ ਕੰਦਾ ਹੋਇਆ ਗਿਆ ਲੋਕੀ ਕਹਿੰਦੇ ਗੰਦਾ ਤੂੰ ਹਾ ਹੈਗੇ ਆ ਏਦਾਂ ਵੀ ਕਹਿ ਸੀ ਕਿਆ ਹੀ ਹੋਣਾ ਜਦੋਂ ਹਰ ਗੱਲ ਤੇ ਕਹਿੰਦਾ ਵੀ ਹੈਗੇ ਆ ਹਾਂ ਨਹੀਂ ਮੈਨੂੰ ਕੁਝ ਵੀ ਕਹੋ ਮੈਂ ਕਹੂੰਗਾ ਹੈਗੇ ਆ ਨਹੀਂ ਤੁਹਾਨੂੰ ਇਹ ਗਾਣਾ ਯਾਦ ਕਿਵੇਂ ਆ ਮੈਨੂੰ ਤਾਂ ਆ ਗਿਆ ਵੀ ਕੇਂਦਰ ਦੀ ਸਰਕਾਰ ਨੂੰ ਹਰ ਕੋਈ ਕਹਿੰਦਾ ਵੀ ਸਿਲੰਡਰ ਹੋ ਗਿਆ ਬਾਲਾ ਮਹਿੰਗਾ ਉਹ ਕਹਿੰਦਾ ਹੈਗੇ ਆ ਹਾਂ ਕਰਦੇ ਆ ਹਾਂ ਪੈਟਰੋਲ ਹੋ ਗਿਆ ਸੋ ਨੂੰ ਕਹਿੰਦਾ ਕਰਦੇ ਆ ਹਾਂ ਡੀਜ਼ਲ ਹੋ ਗਿਆ ਬਾਲਾ ਮਹਿੰਗਾ ਕਰਦੇ ਆ ਇੱਕ ਗਾਣਾ ਇਦਾਂ ਦਾ ਵੀ ਆਉਣਾ ਚਾਹੀਦਾ ਪਰ ਗੱਲ ਇਹ ਹੈ ਵਾਕਈ ਉਹ ਕਹਿੰਦੇ ਜੀ ਅਸੀਂ ਤਾਂ ਐਂ ਹੀ ਕਰਦੇ ਆ ਫਿਰ ਤੇ ਜਿੰਨੇ ਵੀ ਇਹਨਾਂ ਦੇ ਨਾਲ ਜੁੜੇ ਹੋਏ ਨੇਤਾ ਨੇ ਲੀਡਰ ਨੇ ਸਤਾਤਰ ਪਾਰਟੀ ਨਾਲ ਸੰਬੰਧਤ ਉਹਨਾਂ ਦੇ ਬਿਆਨ ਵੀ ਇਹੋ ਜਿਹੇ ਉਹ ਕਹਿੰਦੇ ਹਾਂ ਹੈਗੇ ਆ ਨਹੀਂ ਜਿਹੜੇ ਪੈਟਰੋਲੀਅਮ ਮੰਤਰੀ ਆ ਧਰਮਿੰਦਰ ਪ੍ਰਧਾਨ ਹੋਰੀ ਉਹਨਾਂ ਨੇ ਸੰਸਦ ਦੇ ਵਿੱਚ ਸਵਾਲ ਦਾ ਉੱਤਰ ਦਿੱਤਾ ਕਹਿੰਦਾ ਹੈਗੇ ਆ ਕਰਦੇ ਆ ਲੋਕੀ ਕਦੇ ਬਾਲਾ ਪੈੜਾ ਕਰਾਏਗੇ ਤੈਣਾ ਸਾਹਿਬ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਜੇ ਸਾਲ ਸਾਲਾਂ ਦੇ ਹਿਸਾਬ ਦੇ ਨਾਲ ਤੁਹਾਨੂੰ ਜੋ ਸਿਲੰਡਰ ਦਾ ਭਾਅ ਸੀ ਉਹਦੇ ਬਾਰੇ ਚ ਦੱਸਿਆ ਜਾਏਗਾ ਆਪਾਂ 1 ਮਾਰਚ ਤ੍ਰਿਕ ਰੱਖਦੇ ਆ ਹਨਾ 1 ਮਾਰਚ 2014 ਨੂੰ 410 ਰੁਪਏ 50 ਪੈਸੇ ਦਾ ਸੀਸ ਲੱਗਦਾ ਉਦੋਂ ਯੂਪੀਆਰ ਦੀ ਸਰਕਾਰ ਗਈ ਗਈ ਸੀ ਤੇ ਬੀਜੇਪੀ ਦੇ ਵੱਲੋਂ ਲਗਾਤਾਰ ਵਿਰੋਧ ਕੀਤਾ ਜਾਂਦਾ ਸੀ ਵੀ ਇਹਨੇ ਤਾਂ ਲੋਕਾਂ ਨਾਲ ਚੋਮਰ ਕੜਤਾ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਨੇ ਲੋਕਾਂ ਨੂੰ ਕੁੱਟ ਲਿਆ ਗਰੀਬ ਦੀ ਰਸੋਈ ਦੇ ਵਿੱਚੋਂ ਚੀਜ਼ਾਂ ਗਾਇਬ ਕਰਤੀਆਂ ਸਿਲੰਡਰ ਬਿਨਾਂ ਮਨੁੱਖ ਦੀ ਜ਼ਿੰਦਗੀ ਕਾਲੀ ਸਾਢੇ 450 ਰੁਪਈਆ ਇੰਨੀ ਕੀਮਤ 410 ਰੁਪਏ 410 ਰੁਪਏ ਇੰਨੀ ਕੀਮਤ ਜੀ ਤੇ ਉਸ ਤੋਂ ਬਾਅਦ ਵਿੱਚ ਇਹਨਾਂ ਨੇ ਵਾਅਦਾ ਵੀ ਕੀਤਾ ਸੀ ਵੀ ਸਾਡੀ ਸਰਕਾਰ ਆ ਲੈਣਦੇ ਹੋ ਤੇ ਅਸੀਂ ਜਿਹੜੇ ਭਾਅ ਆ ਉਹ ਫਟਾਫਟ ਘਟਾ ਦਿਆਂਗੇ ਫਿਰ 14 ਚ ਆ ਗਈ ਜੀ ਤੇ ਉਸ ਤੋਂ ਬਾਅਦ ਫਿਰ 1 ਮਾਰਚ 2015 ਨੂੰ ਕਿੰਨੀ ਕੀਮਤ ਹੋਈ ਹੋਊਗੀ ਭਲਾ 100 200 ਚੱਕਤਾ ਹੋਣਾ 610 روپے 610 روپے ਹੋ ਗਿਆ 410 ਤੋਂ ਹਾਂ 200 ਰੁਪਏ ਵਧ ਗਿਆ ਇੱਕ ਸਾਲ ਦੇ ਵਿੱਚ ਕਦੇ ਹੈਗੇ ਆ ਬਿਲਕੁਲ ਫਿਰ 1 ਮਾਰਚ 2116 ਆਇਆ ਹਾਂ 513 ਰੁਪਏ 50 ਪੈਸੇ ਵਾਹ ਜੀ ਫਿਰ ਕਦੇ ਹੈਗੇ ਆ ਹਾਂ ਉਸ ਤੋਂ ਬਾਅਦ ਵਿੱਚ 1 ਮਾਰਚ 2117 ਨੂੰ 737 ਰੁਪਏ 50 ਪੈਸੇ ਉਸ ਤੋਂ ਬਾਅਦ 1 ਮਾਰਚ 2118 ਨੂੰ 699 ਰੁਪਏ 1 ਮਾਰਚ 2119 ਨੂੰ 701 ਰੁਪਏ 50 ਪੈਸੇ ਵਾਹ ਫਿਰ 1 ਮਾਰਚ 210 ਆਇਆ ਤੇ ਉਦੋਂ 805 ਰੁਪਏ 50 ਪੈਸੇ ਵਾਹ ਜੀ ਫਿਰ 1 ਮਾਰਚ 211 ਟੈਣਾ ਸਾ ਵਾ ਹੁਣੇ-ਹੁਣੇ ਦੀ ਗੱਲ ਹੈ 819 ਰੁਪਏ 819 ਰੁਪਏ ਦਾ ਇੱਕ ਸਿਲੈਂਡਰ ਤੇ ਜਿਹੜੇ ਲੋਕ ਪਹਿਲਾਂ ਕਹਦੇ ਹੁੰਦੇ ਸੀ ਵੀ 410 ਰੁਪਏ ਦੇ ਵਿੱਚ ਲੋਕਾਂ ਦਾ ਦਿਵਾਲਾ ਨਿਕਲ ਗਿਆ ਉਹ ਹੁਣ ਕਹਿੰਦੇ ਆ ਵੀ ਦੇਸ਼ ਦੀ ਮਜ਼ਬੂਤੀ ਲਈ ਇਦਾਂ ਹੁੰਦਾ ਬਿਲਕੁਲ ਸਹੀ ਸੱਤਾਂ ਸਾਲਾਂ ਚ ਐ ਹੋ ਜਾਂਦੀ ਹੈ ਦੁਗਣੀ ਆਮਦਨ ਜੀ ਤੇ ਜੇ ਡੀਜ਼ਲ ਪੈਟਰੋਲ ਤੇ ਟੈਕਸ ਦੀ ਜਿਹੜੀ ਕਲੈਕਸ਼ਨ ਆ ਉਹਦੀ ਗੱਲ ਕੀਤੀ ਜਾਵੇ ਤਾਂ ਸਾਡੇ 400 ਤੋਂ ਬਾਅਦ ਮਤਲਬ 459% ਬਣਦਾ ਹੈ ਇਹ 459% ਵਾਧਾ ਹੋਇਆ ਜਿਹੜਾ ਟੈਕਸ ਕਲੈਕਸ਼ਨ ਪੈਟਰੋਲ ਤੇ ਡੀਜ਼ਲ ਦੇ ਉੱਪਰ ਬੰਦਾ ਕੀ ਕਵੇ ਤੇ ਕੀ ਨਾ ਕਵੇ ਹੈਰਾਨੀ ਹੁੰਦੀ ਵੀ ਮੰਨਦੇ ਵੀ ਆ ਦੇਖੋ ਇਧਰ ਤਾਂ ਆਪਾਂ ਵਾਅਦਾ ਕਰੀ ਜਾਂਦੇ ਆ ਤੇ ਬੈਂਕ ਦੇ ਵਿੱਚ ਵਿਆਜ ਦੇ ਵਿੱਚ ਕਟੌਤੀ ਕਰੀ ਜਾਂਦੇ ਆ ਬੰਦਾ ਜਾਵੇ ਕਿੱਥੇ ਤੇ ਬੈਂਕ ਦੇ ਉੱਪਰ ਜਿਹੜਾ ਤੁਸੀਂ ਕਰਜ਼ਾ ਲੈਨੇ ਹੋ ਲੋਨ ਲੈਨੇ ਉਹਦੇ ਤੇ ਜੀ ਉਹਦੇ ਤੇ ਇੰਟਰਸਟ ਜਿਹੜਾ ਉਹਦੇ 'ਚ ਵਾਅਦਾ ਹੁੰਦਾ ਜੀ ਉਹ ਕਹਿੰਦੇ ਇੰਟਰਸਟ ਤੁਸੀਂ ਵੱਧ ਦੋ ਤੇ ਜਿਹੜਾ ਤੁਹਾਨੂੰ ਮਿਲਣਾ ਉਹਦੇ 'ਚ ਅਸੀਂ ਕਟੌਤੀ ਕਰੀ ਜਾ ਰਹੇ ਆ ਹੈਗੇ ਆ ਇਹ ਕੀ ਆ ਕਰਦੇ ਆ ਦੇਖੋ ਹੁਣ ਇਹ ਤਾਂ ਲੋਕਾਂ ਦੀ ਮਰਜ਼ੀ ਆ ਭਾਈ ਲੋਕਾਂ ਨੇ ਚੁਣੇ ਆ ਲੋਕ ਲਹਿਣੇ ਜਾ ਰਹੇ ਹੂੰ ਦੇਖੋ ਅਸੀਂ ਨਹੀਂ ਕਹਿੰਦੇ ਵੀ ਭਾਈ ਫਲਾਣੀ ਪਾਰਟੀ ਬਹੁਤ ਚੰਗੀ ਆ ਫਲਾਣੀ ਬਹੁਤ ਮਾੜੀ ਆ ਪਰ ਤੁਸੀਂ ਇਹ ਦੇਖੋ ਵੀ ਤੁਹਾਨੂੰ ਕਿਹੜੀ ਚੀਜ਼ ਸਸਤੀ ਮਿਲੀ ਆ ਤੁਹਾਨੂੰ ਕਿਹੜੀ ਚੀਜ਼ ਮਹਿੰਗੀ ਮਿਲੀ ਆ ਜੀ ਨਾਲੇ ਪਾਰਟੀਬਾਜ਼ੀ ਦੀ ਗੱਲ ਨਹੀਂ ਆ ਟਾਣਾ ਸਾਹਿਬ ਗੱਲ ਇਹ ਆ ਕਿ ਸਵਾਲ ਕਰੋ ਕੋਈ ਵੀ ਸਰਕਾਰ ਹੋਵੇ ਕਿਸੇ ਵੀ ਪਾਰਟੀ ਦੀ ਹੋਵੇ ਉਹਨੂੰ ਸਵਾਲ ਕਰੋ ਵੀ ਇਦਾਂ ਕਿਉਂ ਕੀ ਕਾਰਨ ਹੈ ਕਿ ਅਸੀਂ ਇੰਨਾ ਇੰਨਾ ਮਹਿੰਗੀਆਂ ਚੀਜ਼ਾਂ ਨੂੰ ਖਰੀਦ ਰਹੇ ਹਾਂ ਕੀ ਕਾਰਨ ਹੈ ਕਿ ਆਏ ਦਿਨ ਜਿਹੜੇ ਪੈਟਰੋਲ ਦੇ ਭਾਅ ਨੇ ਜਾਂ ਜਿਹੜੇ ਜਿੰਨੀਆਂ ਵੀ ਚੀਜ਼ਾਂ ਨੇ ਉਹਨਾਂ ਦੇ ਭਾਅ ਵਧਦੇ ਜਾ ਰਹੇ ਨੇ ਕੀ ਕਾਰਨ ਹੈ ਕਿ ਤੁਸੀਂ ਸਾਨੂੰ ਜਵਾਬ ਨਹੀਂ ਦੇ ਰਹੇ ਸਹੂਲਤ ਦੇ ਨਾਂ ਦੇ ਉੱਪਰ ਤਾਂ ਸਾਨੂੰ ਕੁਝ ਵੀ ਨਹੀਂ ਮਿਲਦਾ ਪਰ ਜਦੋਂ ਅਸੀਂ ਸਰਕਾਰ ਨੂੰ ਕੁਝ ਦੇਣਾ ਹੁੰਦਾ ਉਦੋਂ ਤੁਸੀਂ ਕਹਿੰਦੇ ਹੋ ਵੀ ਜੇਬਾਂ ਹੀ ਖਾਲੀ ਕਰ ਦਿਓ ਆਪਣੀਆਂ ਸਾਰਾ ਕੁਝ ਦੇ ਦਿਓ ਬੰਦੇ ਐਵੇਂ ਬਹਿਸ ਕਰਨ ਲੱਗ ਜਾਂਦੇ ਮੇਰੇ ਨਾਲ ਇੱਕ ਬੰਦਾ ਐਵੇਂ ਬਹਿਸ ਕਰਨ ਲੱਗ ਗਿਆ ਮੈਂ ਕਿਹਾ ਵੀ ਯਾਰ ਹੁਣ ਵਾਲੀ ਸਰਕਾਰ ਨੇ ਜਲੂਸ ਕੱਢ ਕੇ ਰਖਤਾ ਜੀ ਮੈਂ ਕਿਹਾ ਵੀ ਇੰਨਾ ਮਹਿੰਗਾ ਤੇਲ ਅੰਤਰਰਾਸ਼ਟਰੀ ਬਾਜ਼ਾਰ 'ਚ ਸਸਤਾ ਹੋਵੇ ਮਹਿੰਗਾ ਹੋਵੇ ਐਨਾ ਮਹਿੰਗਾ ਤੇਲ ਕਹਿੰਦਾ ਜੀ ਇਹ ਕੀਮਤਾਂ ਨਾ ਜਿਹੜੀਆਂ ਉਹ ਸਰਕਾਰ ਦੇ ਹੱਥ ਦੇ ਵਿੱਚੋਂ ਬਾਹਰ ਆ। ਅੱਛਾ ਜੀ। ਤੇ ਕਹਿੰਦਾ ਨਹੀਂ ਜਿਹੜੀਆਂ ਇਹ ਤੇਲ ਦੀਆਂ ਕੀਮਤਾਂ ਇਹ ਤਾਂ ਅੰਤਰਰਾਸ਼ਟਰੀ ਬਾਜ਼ਾਰ ਨਾਲ ਜੁੜੀਆਂ ਹੋਈਆਂ। ਤੇ ਮੈਂ ਕਹ ਡਾਕਟਰ ਮਨਮੋਹ ਸਿੰਘ ਨੇ ਘਰੇ ਨਾਲ ਕਲਾਇਆ ਸੀ ਪੈਟਰੋਲ ਵਾਲਾ ਉਹ ਗੇੜੀ ਜਾਂਦੇ ਸੀ ਮਰਜ਼ੀ ਨਾਲ ਉਦੋਂ ਬਾਹਰੋਂ ਨਹੀਂ ਸੀ ਤੇਲ ਆਉਂਦਾ। ਨਹੀਂ ਨਹੀਂ ਚਲੋ ਮੰਨ ਗਏ ਕਿ ਅੰਤਰਰਾਸ਼ਟਰੀ ਬਾਜ਼ਾਰ ਦੇ ਨਾਲ ਜੁੜੀਆਂ ਹੋਈਆਂ ਨੇ ਕੀਮਤਾਂ ਪਰ ਜਿਹੜਾ ਉਹਦੇ ਉੱਪਰ ਕਰ ਲਗਾਇਆ ਜਾਂਦਾ ਜਿਹੜਾ ਇੱਕ ਕੇਂਦਰ ਦੀ ਸਰਕਾਰ ਵੱਖਰਾ ਲਗਾਉਂਦੀ ਹੈ ਸੂਬੇ ਦੀ ਸਰਕਾਰ ਵੱਖਰਾ ਲਗਾਉਂਦੀ ਕਰਨੇ ਅਸੀਂ ਐਂ ਕਰਦੇ ਆ ਹੈਗੇ ਆ ਫੇਰ ਹੀ ਗਰੀਬ ਨੂੰ ਸਿਲੰਡਰ ਦੰਨੇ ਆ ਜੀ ਉਹ ਭਾਵੇਂ ਭਰੇ ਨਾ ਭਰੇ ਦੂਰੀ ਵਾ ਜੀ ਪਰ ਆ ਪਿਛਲੇ ਦਿਨੀ ਖਬਰ ਆ ਗਈ ਸੀ ਹੋ ਵੀ ਕਿ ਜਿੰਨੇ ਭਾਅ ਵਾਦਰੇ ਨੇ ਉਹਦੇ ਕਰਕੇ ਆ ਜਿਹੜੀ ਇੱਕ ਹੋਰ ਯੋਜਨਾ ਚੱਲੀ ਸੀ ਉਜਵਲਾ ਯੋਜਨਾ ਉਹਦੇ ਵੀ ਪੱਠਾ ਬਹਿ ਗਿਆ ਕਿ ਜਿਹੜਾ ਮੇਰਾ ਇੱਕ ਦੋਸਤ ਆ ਉਹ ਕੜਦਾ 4 ਬਾਉਂਸਰ ਲਈ ਫਿਰਦਾ ਕਿਹਨਾਂ ਕਹਿੰਦਾ 17 ਰੁਪਏ ਸਬਸਿਡੀ ਆ ਗਈ ਸਿਲੰਡਰ ਦੀ ਰਕਮ ਕਿੱਥੇ ਸੰਭਲਣੀ ਆ ਕਹਿੰਦਾ ਮੈਂ 17 ਰੁਪਏ ਕਢਵਾਏ ਆ ਖਾਤੇ ਤੋਂ ਉਹਨੂੰ ਕੋਈ ਨਹੀਂ ਔਖਾ ਸੋਖਾ ਬਸ ਮੈਂ ਘਰ ਰਕਮ ਸੰਭਾਲ ਕੇ ਰੱਖੀ ਕੋਈ ਪਤਾ ਨਹੀਂ ਕੌਣ ਆਜੇ ਤੇਰੇ ਵੱਲ ਨਹੀਂ ਉਹਨੂੰ ਕੋ 5 6 7 ਮਹੀਨੇ ਲਾ ਕੇ ਜਦੋਂ ਵੀ ਕਿਤੇ ਪੈਟਰੋਲ ਲੈਣ ਜੋਗੇ ਪੈਸੇ ਹੋ ਜਾਣ ਉਹਨੇ ਦਰ ਇਕੱਠੇ ਕਰੀ ਜਾਈ ਤੇ ਫਿਰ ਤੇਲ ਲੈ ਕੇ ਆਏ ਫਿਰ ਜ਼ਿਆਦਾ ਬਾਂਸਰ ਰੱਖਣੇ ਪੈਣਗੇ ਬਿਲਕੁਲ ਸਹੀ ਚੰਚ ਦਾ ਵਿਚਾਰ ਦਨਸਾਬ ਠੱਗੀ ਮੈਕਮਾ ਇੰਨਾ ਦਿਮਾਗੀ ਹੁੰਦਾ ਨਾ ਇੰਨਾ ਦਿਮਾਗੀ ਹੁੰਦਾ ਪੁੱਛੋ ਹੀ ਕੁਛ ਨਹੀਂਲਾ ਦਿਮਾਗ ਹੁੰਦਾ ਹੀ ਸ਼ੈਤਾਨ ਦਾ ਘਰ ਹੈ ਨਹੀਂ ਪਰ ਜਦੋਂ ਬੰਦਾ ਤੜਕੇ ਕੰਮ ਲਈ ਨਿਕਲਿਆ ਹੋਵੇ ਰਾਤ ਨੂੰ ਥੱਕ ਟੁੱਟ ਕੇ ਡਿੱਗਿਆ ਹੋਵੇ ਮਜੇ ਤੇ ਤੇ ਸਵੇਰ ਤੱਕ ਅੱਖ ਨਹੀਂ ਖੁੱਲਦੀ ਤੇ ਜਿਹੜੇ ਬੰਦੇ ਬਿਲਕੁਲ ਵਿਲੇ ਆ ਉਹ ਰਾਇਂ ਦਿੰਦੇ ਆ ਇੱਕ ਤਾਂ ਤੈਨੂੰ ਐ ਕਰ ਲੈਣਾ ਚਾਹੀਦਾ ਸੀ ਇਹ ਨਾ ਅੰਦੋਲਨ ਤਾਂ ਐਂ ਖਰਾਬ ਹੋ ਜਾਣਾ ਇਹ ਵਿਕੇ ਹੋਏ ਆ ਇਹ ਆਗੂ ਗੂ ਨਹੀਂ ਗਏ ਇਹ ਅੰਦਰੋਂ ਮਿਲੇ ਹੋਏ ਆ ਤਾਂ ਕਰੋੜ ਕਰੋੜ ਲੈਂਦੇ ਇਹ ਆਹ ਸੱਚੀ ਉਹਨਾਂ ਨੂੰ ਤਾਂ ਭਾਅ ਵੀ ਪਤਾ ਹੁੰਦਾ ਕੋਈ ਕਹਿੰਦਾ ਤਿੰਨ ਤਿੰਨ ਕਰੋੜ ਲਿਆ ਕੋਈ ਕਹਿੰਦਾ ਕਰੋੜ ਕਰੋੜ ਬਦਲ ਆ ਇਹ ਪਹਿਲਾਂ ਵੀ 4-5 ਵਾਰੀ ਫੜਿਆ ਗਿਆ ਮਾ ਫੜਿਆ ਕਿੱਥੇ ਗਿਆ ਇਹ ਨਕਾ ਆਪਾਂ ਆਪਣਾ ਟਾਈਮ ਕਿੱਥੇ ਲੱਗਦਾ ਨਾ ਨਾ ਆਪਾਂ ਪ੍ਰਮਾਣ ਪੱਤਰ ਫੱਟ ਦਿੰਨੇ ਆ ਉਹ ਤਾਂ ਸਾਡਾ ਹੱਕ ਹੈ ਨਾ ਵੀ ਅਸੀਂ ਕਿਸੇ ਨੂੰ ਵੀ ਪ੍ਰਮਾਣ ਪੱਤਰ ਦੇ ਦਿੰਦਾ ਆ ਇਦਾਂ ਆ ਇਦਾਂ ਤੇ ਆ ਇਦਾਂ ਚੰਗਾ ਕੌਣ ਸਿਰਫ ਅਸੀਂ ਮੈਨੂੰ ਬੜਾ ਦੁੱਖ ਹੁੰਦਾ ਜਦੋਂ رائے ਦਿੰਦੇ ਆ ਨਾ ਤੇ ਜਦੋਂ ਸਰਟੀਫਿਕੇਟ ਜਾਰੀ ਕਰਦੇ ਆ ਐਵੇਂ ਛੁਰਲੀ ਛੱਡ ਮੈਂਕਮਾ ਜੀ ਪ੍ਰਮਾਣ ਪੱਤਰ ਹੁੰਦਾ ਸਾਣਾ ਸਾਹਿਬ ਯਾ ਹਾਂ ਪਰ ਗੱਲ ਇਹ ਮੈਂ ਠੱਗ ਮਹਿਕ ਮੈਂ ਦੀ ਗੱਲ ਕਰ ਰਹੀ ਸੀ ਇਹ ਜਿਹੜਾ ਠੱਗ ਮਹਿਕਮਾ ਨਾ ਬਹੁਤ ਛਾਤਰ ਹੈ ਆ ਹੁਣ ਇੱਕ ਗਰੋ ਫੜਿਆ ਗਿਆ ਗਰੋ ਕਹਿੰਦਾ ਦੋ ਬੰਦੇ ਫੜੇ ਗਏ ਨੇ ਇਹ ਬੰਦੇ ਕੀ ਕਰਦੇ ਸੀ ਇੱਕ ਬਹੁਤ ਵੱਡਾ ਗਰੋਸਰੀ ਸਟੋਰ ਆ ਇੱਕ ਬਹੁਤ ਵੱਡਾ ਅੱਜ ਕੱਲ ਕਿਉਂਕਿ ਤੁਹਾਨੂੰ ਪਤਾ ਨਾ ਵੀ ਇੱਥੇ ਪੰਜਾਬ ਚ ਜਿਹੜਾ ਚਲਨ ਚੱਲ ਗਿਆ ਜੀ ਬਹੁਤ ਵੱਡੀ ਦੁਕਾਨ ਆ ਤੇ ਕੀ ਕਰਦੇ ਸੀ ਤੁਹਾਨੂੰ ਪਤਾ ਵੀ ਜਦੋਂ ਉੱਥੇ ਸਮਾਨ ਲੈਣ ਜਾਓ ਤੇ ਉਸ ਤੋਂ ਬਾਅਦ ਬਿੱਲ ਕਟਾਓ ਫਿਰ ਇੱਕ ਜਿਹੜਾ ਦਰਵਾਜ਼ੇ ਦੇ ਉੱਪਰ ਸ਼ਖਸ ਖੜਾ ਹੁੰਦਾ ਉਹ ਤੁਹਾਡਾ ਬਿੱਲ ਵੇਖਦਾ ਕਿ ਕੀ ਉਹੀ ਚੀਜ਼ਾਂ ਨੇ ਮੋਰਜੀ ਲਾਉਂਦਾ ਜੀ ਮੋਰ ਲ ਬਾਰ ਜਾ ਸਕਦੇ ਹੋ ਹਨ ਇਹ ਬੰਦੇ ਘਰੋਂ ਹੀ ਬੇਲ ਛਾਪ ਕੇ ਲੈ ਜਾਂਦੇ ਸੀ ਮੈਂ ਤਾਂ ਖੁਦ ਹੈਰਾਨ ਰਹਿ ਗਿਆ ਜੀ ਇਹ ਜਲੰਧਰ ਦੀ ਖਬਰ ਹੈ ਤੇ ਜਲੰਧਰ ਦੇ ਵੱਡੇ ਵੱਡੇ ਸਟੋਰ ਆ ਜਿਹੜੇ ਉੱਥੇ ਜਾ ਕੇ ਇਹਦਾ ਠੱਗੀ ਮਾਰਦੇ ਸੀਗੇ ਇਹ ਪੂਰਾ ਜੀ ਸਮਾਨ ਲੈ ਲੈਂਦੇ ਸੀਗੇ ਪੂਰਾ ਆਪਦੀਆਂ ਟੋਕਰਾਂਆਂ ਟੱਕਰੀਆਂ ਭਰ ਲਿਆ ਸਮਾਨ ਦੀਆਂ ਆ ਵੀ ਚੱਕ ਕੇ ਰੱਖ ਲਿਆ ਆ ਵੀ ਟੋਕਰੀ ਚ ਰੱਖ ਲਿਆ ਸਾਬਣ ਵੀ ਲੈ ਲਈ ਜਿਹੜੀ ਨਹੀਂ ਲਾਈ ਕਦੇ ਉਹ ਵੀ ਚੱਕ ਲਈ ਠੀਕ ਆ ਜਿਹਨਾਂ ਨਹੀਂ ਨਾਤੇ ਕਰੇ ਜਿਹੜਾ ਸ਼ੈਂਪੂ ਨਹੀਂ ਵਰਤਣਾ ਉਹ ਵੀ ਰੱਖ ਲਿਆ ਤੇ ਉਸ ਤੋਂ ਬਾਅਦ ਜਦੋਂ ਬਿੱਲ ਕਟਾਉਣਾ ਹੁੰਦਾ ਸੀ ਬਿੱਲ ਨਹੀਂ ਸੀ ਕਟਾਉਂਦੇ ਤੇ ਸਿੱਧਾ ਜਾਂਦੇ ਸੀਗੇ ਗੇਟ ਦੇ ਕੋਲੇ ਗੇਟ ਵਾਲਾ ਕਹਿੰਦਾ ਸੀ ਵੀ ਹਾਂ ਬਿੱਲ ਇਹ ਜਿਹੜਾ ਘਰੋਂ ਛਾਪ ਕੇ ਲਿਆਇਓ ਫੜਾ ਦੰਨੇ ਸੀ ਆ ਲੋ ਜੀ ਉਹ ਕਹਿੰਦਾ ਸੀ ਠੀਕ ਆ ਜੀ ਆ ਲੋ 3:31 ਵਜੇ ਤੋਂ ਬਾਹਰ ਆਈਆਂ ਤੁਸੀਂ ਹਾਂ ਬਿਲ ਖਤਮ ਪਰ ਤੁਸੀਂ ਵੇਖੋ ਕਿੰਨਾ ਦਿਮਾਗ ਲਾਉਂਦੇ ਹੋਣਗੇ ਕਿ ਬਿੱਲ 'ਚ ਵੀ ਉਹੀ ਚੀਜ਼ਾਂ ਜਿਹੜੀਆਂ ਖਰੀਦੀਆਂ ਹਨਾ ਫਿਰ ਉਸ ਬਾਅਦ ਸਮੇਂ ਦਾ ਕਿਉਂਕਿ ਉਸ ਬਿੱਲ ਦੇ ਉੱਪਰ ਸਮਾਂ ਵੀ ਲਿਖਿਆ ਹੁੰਦਾ ਤਰੀਕ ਵੀ ਲਿਖੀ ਹੁੰਦੀ ਹੈ ਉਹ ਸਾਰਾ ਕੁਝ ਹੀ ਘਰੋਂ ਛਾਪ ਕੇ ਲਾਉਂਦੇ ਸੀ ਤੇ ਉਸ ਸਮੇਂ ਦੇ हिसाब ਨੇ ਬਾਹਰ ਨਿਕਲਦੇ ਸੀ ਸਟੋਰਾਂ ਦੇ ਵਿੱਚੋਂ ਸਮਾਨ ਘਟ ਜਾਂਦਾ ਸੀ ਜੀ ਕਰੇ ਤਾਂ ਉਹ ਜਿਹੜੇ ਪ੍ਰਬੰਧਕਾਂ ਦੇ ਮੁਲਾਜ਼ਮਾਂ ਤੇ ਸ਼ੱਕ ਕਰਦੇ ਵੀ ਇਹ ਨਫੇ ਨੁਫੇ ਦੇ ਵਿੱਚ ਟੁੱਥਪੁਰਸ਼ ਟੰਕੇ ਲੱਗੇ ਹੋਣੇ ਆ ਕਰੇ ਉਹ ਕਰਦੇ ਸ਼ੱਕ ਜਿਹੜਾ ਉੱਥੇ ਬਾਹਰ ਖੜਾ ਹੁੰਦਾ ਹਮ ਚੌਕੀਦਾਰ ਉਹਦੇ ਉੱਤੇ ਪਰ ਪ ਉਹ ਇੱਕ ਦਿਨ ਫੇਰ ਆ ਗਏ ਉਹਨਾਂ ਨੇ ਸਮਾਨ ਸਮੂਹ ਨੂੰ ਐਂ ਚੱਕਿਆ ਪਰ ਉਹ ਸੀਸੀਟੀਵੀ ਕੈਮਰੇ ਦੇ ਵਿੱਚ ਪੂਰੀ ਨਿਗ੍ਹਾ ਰੱਖਦੇ ਸੀ ਵੀ ਇੱਥੇ ਹੋ ਕੀ ਰਿਹਾ ਉਹਨਾਂ ਨੇ ਪੂਰੀ ਚੌਕਸੀ ਵਰਤੀ ਪ੍ਰਬੰਧਕਾਂ ਨੇ ਲਓ ਜੀ ਇਹ ਗਏ ਫੇਰ ਗੇਟ ਦੇ ਕੋਲੇ 7000 ਤੇ ਕੁਝ ਰੁਪਈਆਂ ਦਾ ਬਿੱਲ ਇੱਕ ਦੀ ਜੇਬ ਦੇ ਵਿੱਚ 5500 ਤੇ ਕੁਝ ਰੁਪਈਆਂ ਦਾ ਬਿੱਲ ਲਓ ਜੀ ਜਦੋਂ ਦਿਖਾਇਆ ਉਹਨਾਂ ਨੇ ਫੜ ਲਿਆ ਸੋ ਫਾਲੇ ਬੱਕਰੇ ਨੂੰ ਉਟਾ ਲਿਆ ਜੀ ਕਹਿੰਦੇ ਪੁਲਿਸ ਸੱਦੀ ਆ ਹੁਣ ਪੁਲਿਸ ਬਿੱਲ ਕੱਢਦੀ ਫਿਰਦੀ ਆ ਵੀ ਕਿੰਨੇ ਛਾਪੇ ਸੀ ਕਿਵੇਂ-ਕਿਵੇਂ ਛਾਪੇ ਸੀ ਤੇ ਉਹਨਾਂ ਦੇ ਕੋਲ ਪੁਲਿਸ ਵਾਲਿਆਂ ਦੇ ਕੋਲੇ ਮੰਨ ਵੀ ਗਏ ਨੇ ਵੀ ਅਸੀਂ ਘਰੇ ਕੰਪਿਊਟਰ ਦੇ ਉੱਪਰ ਨਕਲੀ ਬਿੱਲ ਬਣਾ ਕੇ ਜਾ ਦੱਸਦੇ ਜੀ ਮਤਲਬ ਹਾਦੀ ਹੋ ਗਈ ਕਿੰਨੀ ਚਲਾਕ ਦੁਨੀਆ ਹੂੰ ਕਮਾਲ ਕਰ ਦਿੱਤੀ ਸੱਚੀ ਲੋਕਾਂ ਨੇ ਚਲਾਕੀ ਆ ਜੀ ਲੋਕ ਨਹੀਂ ਟੱਲਦੇ ਨਾ 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 ਲੋਕ ਨਹੀਂ ਟੱਲਦੇ ਜੀ ਕੰਮ ਨਹੀਂ ਕਰਨਾ ਸਿੱਧਾ ਕੰਮ ਨਹੀਂ ਕਰਨਾ ਦਿਮਾਗ ਬਹੁਤ ਆ ਹੂੰ ਇਹ ਨਹੀਂ ਵੀ ਦਿਮਾਗ ਦੀ ਕਮੀ ਆ ਪਰ ਸਿੱਧਾ ਕੰਮ ਨਹੀਂ ਕਰਨਾ ਪੁੱਠਾ ਕਰਨਾ ਜੀ ਬਿਲਕੁਲ ਪਰ ਪੁੱਠਾ ਕੰਮ ਜਿਹੜਾ ਇੱਕ ਨਾ ਇੱਕ ਦਿਨ ਜ਼ਰੂਰ ਲੋਕਾਂ ਸਾਹਮਣੇ ਆ ਜਾਂਦਾ ਗਲਤ ਕੰਮ ਦਾ ਨਤੀਜਾ ਗਲਤੀ ਨਿਕਲਣਾ ਮਾੜੇ ਕੰਮ ਦਾ ਹੁੰਦਾ ਨਤੀਜਾ ਮਾੜਾ ਜੀ ਬਿਲਕੁਲ ਸੋਚੋ ਇਹ ਸਿਆਣੇ ਬਹੁਤ ਪਹਿਲਾਂ ਕਹਿ ਗਏ ਅਸੀਂ ਮੰਨਦੇ ਨਹੀਂ ਆ ਜੱਜ ਦਾ ਵਿਚਾਰ ਹਰਮਨਜੀਤ ਦੰਦਾ ਵਾਲੇ ਡਾਕਟਰ ਦੇ ਕੋਲ ਤਾਂ ਗਈ ਹੋਵੋਗੇ ਲੋਕ ਜਾਂਦੇ ਹੀ ਆ ਜਿਹਦੇ ਦੰਦ ਨੂੰ ਕੀੜਾ ਲੱਗ ਜੇ ਆ ਕਹਿੰਦੇ ਵੀ ਹੁਣ ਤਾਂ ਦੰਦ ਦੇ ਉੱਤੇ ਕੈਪ ਟੋਪੀ ਚੜਾਉਣੀ ਹੁੰਦੀ ਆ ਵੈਸੇ ਵੀ ਡਾਕਟਰ ਦੇ ਕੋਲ ਦੰਦਾਂ ਵਾਲੇ ਕੋਲ ਕਹਿੰਦੇ ਜਾਣਾ ਚਾਹੀਦਾ ਵੈਸੇ ਵੀ ਚੈੱਕ ਅਪ ਕਰਾਉਂਦੇ ਰਹਿਣਾ ਚਾਹੀਦਾ ਦੰਦਾਂ ਦਾ ਜੀ ਬਿਲਕੁਲ ਸਹੀ ਗੱਲ ਪਰ ਮੈਨੂੰ ਕਿਉਂ ਪੁੱਛਿਆ ਉਹ ਕੀ ਹੁੰਦੀ ਆ ਜਿਹੜੇ ਦੰਦਾਂ ਦੇ ਵਿੱਚ ਕੀ ਕੀ ਕਰਦੇ ਹੁੰਦੇ ਆ ਆਰ ਸੀ ਟੀ ਕਰਦੇ ਹੁੰਦੇ ਆ ਜੀ ਉਹਨੂੰ ਰੂਟ ਕਨਲ ਟਰੀਟਮੈਂਟ ਕਹਿੰਦੇ ਹਾਂ ਹਾਂ ਇਹ ਸਮਝਾਈ ਮੈਂ ਕਿਹਾ ਵੀ ਰੂਟ ਕਿਹੜਾ ਹੋ ਗਿਆ ਇਹਦਾ ਦੰਦ ਦੀ ਵੀ ਤਾਂ ਜੜ ਹੁੰਦੀ ਹੈ ਹਾਂ ਹਾਂ ਤੇ ਉਹਦੀ ਟਰੀਟਮੈਂਟ ਕਰਦੇ ਨੇ ਉਹ ਜਿਹੜੀਆਂ ਨਸਾਂ ਨੇ ਤੁਹਾਡੀਆਂ ਉਹਨਾਂ ਨੂੰ ਬੰਦ ਕਰ ਦਿੱਤਾ ਜਾਂਦਾ ਫਿਰ ਉਸ ਤੋਂ ਬਾਅਦ ਉਹਦੇ ਵਿੱਚ ਕਹਿ ਲਓ ਵੀ ਮਸਾਲਾ ਭਰ ਦਿੱਤਾ ਜਾਂਦਾ ਦੰਦ ਦੇ ਵਿੱਚ ਹਨਾ ਫਿਰ ਉਸ ਤੋਂ ਬਾਅਦ ਉਹਦੇ ਉੱਤੇ ਕੈਪ ਪਾ ਦਿੱਤੀ ਜਾਂਦੀ ਹੈ ਅੱਛਾ ਜੀ ਵੀ ਕੰਮ ਵਾਵਾ ਹੁੰਦਾ ਇਹ ਡਾਕਟਰ ਦਾ ਕਾਫੀ ਔਖਾ ਕੰਮ ਆ ਜੀ ਤੇ ਕਹਿੰਦੇ ਕਈ ਕਈ ਮਿੰਟਾ ਜਿਹੜੇ ਉਹ ਕਾਫੀ ਲੰਮਾ ਸਮਾਂ ਬੰਦੇ ਨੂੰ ਮੂੰਹ ਵੀ ਖੋਲ ਕੇ ਰੱਖਣਾ ਪੈਂਦਾ ਡਾਕਟਰ ਨੇ ਜੋ ਵਿੱਚ ਸਮਾਨ ਸਮੂਹ ਸੰਦ ਸੰਦ ਫਿਟ ਕਰਦੇ ਹੁੰਦੇ ਆ ਆ ਮੈਨੂੰ ਪਤਾ ਲੱਗਾ ਅਮਰੀਕਾ ਤੋਂ ਇੱਕ ਖਬਰ ਦਾ ਉੱਥੇ ਇੱਕ ਬੀਬੀ ਕੇ ਡਾਕਟਰ ਦੇ ਕੋਲੇ ਕਹਿੰਦੇ ਵੀ ਡਾਕਟਰ ਸਾਹਿਬ ਦੰਦ ਬਹੁਤ ਤੰਗ ਕਰਦਾ ਬੁਰਾ ਹਾਲ ਆ ਬੌਂਕੇ ਦੇੜੇ ਚੀਕ ਨਿਕਲੀ ਪਈ ਆ ਕੀੜਾ ਕਦੇ ਇਧਰ ਨੂੰ ਪਾਜਦਾ ਕਦੇ ਇਧਰ ਨੂੰ ਪਾਜਦਾ ਮੇਰੇ ਤੋਂ ਲੈਦਾ ਮੇਰਾ ਬੁਰਾ ਹਾਲਾ ਰਹਿਣਾ ਕੀੜਾ ਵੀ ਕਦੀ ਭੱਜਦਾ ਹੁੰਦਾ ਤੁਰਦਾ ਫਿਰਦਾ ਹੀ ਹੁਣਾ ਕਹਿੰਦੀ ਇਧਰਲਾ ਸਾਰਾ ਪਾਸਾ ਦੁਖੀ ਜਾਂਦਾ ਅੱਛਾ ਲੋ ਜੀ ਡਾਕਟਰ ਨੇ ਕਹੇ ਵੀ ਮੂੰਹ ਅਡੋ ਹਾਂ ਡਾਕਟਰ ਨੇ ਦਸਤਾਨਾ ਦਸਦੂਨਾ ਪਾਇਆ ਉਹਦਾ ਉਹ ਪੂਰੇ ਸੰਦ ਸੁੰਨੇ ਚੱਕੇ ਉਹ ਫਿਰ ਵਾਵਾ ਟਾਈਮ ਲੱਗ ਗਿਆ ਉਹਨੂੰ ਐ ਕਰਕੇ ਵੀ ਐ ਪ੍ਰੋਲਾ ਫਰਾਲੀ ਜੇ ਕਰਦੇ ਵੀ ਇਧਰ ਐ ਹੋਊਗਾ ਇਹ ਤਾਂ ਬੈਠਾ ਇਧਰ ਬੈਠਾ ਹੁਣਾ ਇਹ ਜੀ ਉਹ ਬੀਬੀ ਆ ਜੜੀ ਹਾਂ ਉਹਨੂੰ ਪਤਾ ਨਹੀਂ ਲੱਗਿਆ ਜੀ ਉਹਨੇ ਡਾਕਟਰ ਦੀ ਉਂਗਲ ਤੇ ਦੰਦੀ ਵੱਢਤੀ ਹਾਂ ਉਂਗਲ ਲਾਤੀ ਵਿਚਾਰੇ ਦੀ ਦੰਦੀ ਵੱਢਤੀ ਦੰਦੀ ਵੱਢਤੀ ਹਾਂ ਫੇਰ بس ਮੈਂ ਪੰਜਾਬੀ ਚ ਗਾਣੇ ਤਾਂ ਸੁਣਿਆ ਸੀ ਤੂੰ ਮੂੰਹ ਵਿੱਚ ਬੁਰਕੀ ਪਾਵੇਂ ਤਾਂ ਮੈਂ ਦੰਦੀ ਵੱਟ ਦਿਆ ਪਰ ਇੱਧਰ ਦੇਖੋ ਇਹ ਡਾਕਟਰ ਨੇ ਵੱਢਤੀ ਇਹ ਕਿਹੜਾ ਗਾਣਾ ਸੀ ਦੰਦੀ ਵੱਟ ਕਿਹੜਾ ਗਾਣਾ ਸੀ ਟਾਲਾ ਸਾਹਿਬ ਉਹ ਕੁਛ ਨਹੀਂ 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 ਇੱਕ ਦੂਜੇ ਨੂੰ ਨਹੀਂ ਪਤਾ ਲੱਗਾ ਉਹਨੂੰ ਵੀ ਪਤਾ ਲਵਾਉਂਗੇ ਪਰ ਗੱਲ ਇਹ ਹੈ ਵੀ ਡਾਕਟਰ ਸਾਹਿਬ ਦਾ ਵਿਚਾਰਿਆਂ ਦਾ ਬੜਾ ਬੁਰਾ ਹਾਲ ਸੀ ਬਹੁਤ ਜੋੜ ਦੀ ਦੰਦੀ ਵੱਢੀ ਗਈ ਟਾਲਾ ਸਾਹਿਬ ਹਾਲੇ ਤਾਂ ਉਂਗਲ ਦਸਤਾਨੇ ਚ ਹੀ ਰਹਿ ਗਈ ਕੋਈ ਦਸਤਾਨਾ ਪਾਇਆ ਸੀ ਪਰ ਇਹ ਕੰਮ ਬਹੁਤ ਔਖਾ ਹੁੰਦਾ ਵੈਸੇ ਡਾਕਟਰਾਂ ਦਾ ਤਾਂ ਹੈ ਨਾ ਪਰ ਹੁਣ ਕੀ ਉਹ ਡਾਕਟਰ ਨੇ ਕੋਈ ਕਾਰਵਾਈ ਕਰਵਾਈ ਕੀਤੀ ਉਹਦੇ ਖਿਲਾਫ ਨਹੀਂ ਨਹੀਂ ਹੁਣ ਉਹ ਕਿ ਨਹੀਂ ਮੈਂ ਕਿਹੜਾ ਜਾਣ ਕੇ ਵੱਡੀ ਹੈ ਅੱਛਾ ਹੁਣ ਮੈਨੂੰ ਅੱਧਾ ਘੰਟਾ ਹੋ ਗਿਆ ਐਂ ਕਰਕੇ ਬੈਠੀ ਨੂੰ ਮੈਂ ਕੀ ਕਰਾਂ ਤੇ ਉਹਦੇ দাঁਤ ਦਾ ਫਾਇਦਾ ਹੋ ਰਿਆ ਸੀ ਡਾਕਟਰ ਨੂੰ ਕਿਹੜਾ ਚਾਹ ਸੀ ਉਹਨੂੰ ਮੂੰਹ ਅਡਵਾ ਕੇ ਬੈਠਣ ਦਾ ਕਈ ਵਾਰ ਪਰਿਸਥਿਤੀਆਂ ਦਾ ਪਤਾ ਨਹੀਂ ਹੁੰਦਾ ਆਉਂਦੇ ਪਲ ਦੇ ਵਿੱਚ ਕੀ ਹੋਣਾ ਹੂੰ ਐਂ ਹੋ ਜਾਂਦਾ ਕਰੇ ਤੁਸੀਂ ਬੀਬੀ ਵਾਲੋਂ ਕਿ ਡਾਕਟਰ ਵਾਲਾ ਤਾਂ ਦੇਖੋ ਜੀ ਦੋਵਾਂ ਮਨੁੱਖਾਂ ਦੇ ਨਾਲ ਬਰਾਬਰ ਕਰਨਾ ਨਹੀਂ ਨਹੀਂ ਤੁਸੀਂ ਬੀਬੀ ਵਾਲ ਜਿਆਦਾ ਲੱਗ ਰਹੇ ਹੋ ਮੈਨੂੰ ਡਾਕਟਰ ਵਾਲ ਤੁਹਾਨੂੰ ਕੋਈ ਵੀ ਹੰਦਰਦੀ ਨਹੀਂ ਉਹਦੇ ਦੰਦ ਹੀ ਵੱਢੀ ਗਈ ਅੱਛਾ ਉਹ ਤੋਂ ਗਾਣੇ ਸੁਣਾਉਣੇ ਹੋ ਛੜੇ ਛੜੇ ਕੀ ਮੂੰਹ ਵਿੱਚ ਵਰਗੀ ਦੰਦ ਹੀ ਵੱਢਾਂਗੀ ਕਿੱਦਾਂ ਇੱਕ ਵਾਰੀ ਮੈਂ ਤੁਹਾਨੂੰ ਕਹਿੰਦਾ ਗੱਲ ਅਗਲੀ ਕਰੀ ਦੀ ਹੁੰਦੀ ਆ ਅਗਲੀ ਗੱਲ ਮੈਂ ਕੀ ਕਰਾਂ ਮੈਂ ਤਾਂ ਗਾਣਾ ਪਹਿਲੀ ਵਾਰ ਸੁਣਾ ਡਾਕਟਰ ਵੱਲੋਂ ਮੇਰਾ ਧਿਆਨ ਹੀ ਹਟ ਗਿਆ ਮੈਂ ਤਾਂ ਗਾਣੇ 'ਚ ਹੀ ਉਲਝ ਗਈ ਆ ਐਂ ਹੁੰਦਾ ਹਾਂ ਐ ਗਾਣੇ ਚੱਲਦੇ ਹੁੰਦੇ ਸੀ ਪਹਿਲਾਂ ਠੀਕ ਅੱਛਾ ਤੁਹਾਨੂੰ ਕੀ ਪਤਾ ਬਿਲਕੁਲ ਸਹੀ ਗੱਲ ਆ ਮੈਂ ਨਹੀਂ ਸੁਣਿਆ ਸੀ ਇਹ ਗਾਣਾ ਗਾਣਾ ਕਦੇ ਸੁਣਿਆ ਛਾਲ ਮਾਰ ਕੇ ਗਿੱਦੇ ਦੇ ਵਿੱਚ ਆ ਗਈ ਤੇ ਮੂਲੀ ਵਾਲਾ ਭਾਈ ਡਾ ਰਿਹਾ ਉਹ ਮੂਲੀ ਵਾਲਾ ਦੀ ਭਾਈ ਮੂਵੀ ਵਾਲਾ ਮੈਨੂੰ ਇੱਕ ਵਾਰੀ ਇੱਕ ਗੀਤਕਾਰ ਦਾ ਫੋਨ ਆਇਆ ਕਿਹੜਾ ਬੜੀ ਗਾਣਾ ਪੂਰਾ ਹਿੱਟ ਹੋਣ ਵਾਲਾ ਗਾਣਾ ਪਹਿਲੀ ਸੱਟੇ ਬਸ ਗਿਆ ਟੌਪ ਤੇ ਕਰ ਕਰ ਪਰ ਜਿਹਨੂੰ ਮਰਜ਼ੀ ਦੇ ਦਿਓ ਭਾਵੇਂ ਗਿੱਪੀ ਨੂੰ ਦੇ ਦਿਓ ਅਮਰਿੰਦਰ ਗਿੱਲ ਨੂੰ ਦੇ ਦਿਓ ਦਿਲਜੀਤ ਨੂੰ ਦੇ ਦਿਓ ਗਾਣਾ ਹਿੱਟ ਮੈਂ ਕਿਹੜਾ ਤੇਨੂੰ ਨੱਚਦੀ ਵੇਖ ਕੇ ਹਾਂਦਗੀ ਦੇ ਮੇਰੇ ਸਿਕਟਾ ਪੀਣ ਨੂੰ ਵੀ ਕਰਦਾ ਮੈਂ ਤਾਂ ਦੁਰ ਫੇਟੇ ਮੂੰਹ ਓਹੋ ਔਖਾ ਬਹੁਤ ਔਖਾ ਹਰ ਕੋਈ ਤਾਂ ਗਾਣੇ ਲਿਖਦਾ ਜੀ ਪਰ ਗੱਲ ਇਹ ਹੈ ਨਾ ਕਿ ਗਾਇਕ ਵੀ ਕਮਾਲ ਦੇ ਹੁੰਦੇ ਨੇ ਉਹ ਜਿਵੇਂ ਆਪਾਂ ਨੂੰ ਬਾਬੂ ਸਿੰਘ ਮਾਨਹੋਰਾ ਨੇ ਗੱਲ ਸੁਣਾਈ ਸੀ ਚੜਾ ਦਿਓ ਨਾ ਤੁਸੀਂ ਸੁਣਾਓ ਜੀ ਬਾਬੂ ਸਿੰਘ ਮਾਨਹੋਰਾ ਨੇ ਕੀਤੀ ਸੀ ਮੁਲਾਕਾਤ ਜੀ ਤੇ ਉਹ ਕਹਿੰਦੇ ਵੀ ਮੇਰੇ ਕੋਲੇ ਨਾ ਘਰ ਦੇ ਵਿੱਚ ਪੰਜ ਸੱਤ ਮੁੰਡੇ ਆ ਗਏ ਹਾਂਜੀ ਉਹ ਕਹਿੰਦੇ ਬਾਪੂ ਜੀ ਵੀ ਸਾਨੂੰ ਇੱਕ ਗਾਣਾ ਦੇ ਦਿਓ ਬਸ ਸਾਡੇ ਪੈਰ ਲੱਗ ਜਾਣ ਇਹੋ ਜਿਹਾ ਗਾਣਾ ਦੇ ਦਿਓ ਜੀ ਉਹ ਬਾਬੂ ਸਿੰਘ ਮਾਨ ਬੋਲਦਾ ਥੋੜਾ ਜਿਹਾ ਕਹਿੰਦੇ ਤੁਹਾਡੇ ਪੈਰ ਲਾਉਣ ਦੇ ਚੱਕਰ 'ਚ ਮੇਰੇ ਪੈਰ ਬੱਟੇ ਜਾਣੇ ਆ ਸੋ ਗੱਲ ਇਹ ਕਈ ਵਾਰ ਕੁਛ ਕੁ ਗੱਲਾਂ ਇਹੋ ਜੀਆਂ ਹੋ ਜਾਂਦੀਆਂ ਨੇ ਸੋ ਆਪਾਂ ਹੁਣ ਚਲਈਏ ਟਾਣਾ ਸਾਹਿਬ ਜਾਣਦਾ ਹੋ ਗਿਆ ਵੇਲਾ ਜੀ ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤਾਈ ਪਹਚਾਓ ਦੋਵਾਂ ਨੂੰ ਫਿਲਹਾਲ ਦੇ ਲਈ ਦਿਓ ਇਜਾਜ਼ਤ ਛਤਰੀਆ ਕਾਲ ਤੁਸੀਂ ਵੇਖਦੇ ਰਹੋ ਪ੍ਰਾਈਮ ਅਸ਼ਿਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ ਬਹੁਤ ਹੀ ਹਾਜ਼ਰ ਹੈ ਜੱਜ ਦਾ ਵੀ ਚਾ